सब तो पहले तो सारे सत श्री अकाल जी, स्वागत है ताड़ा साडे चैनल दे उत्ते जी। आपां जी पंजाब जी के दा अज छेवां लैक्चर शुरू करना जी। अपना आपां अज पढ़ांगे जी पंज तख्त जी। अपने जो अपने 10 गुरु सी जी आपां उन्हां बारे पढ़ चुके हैं, जो अपने 11वें गुरु रखे गए जी श्री गुरु ग्रंथ साहिब जी, आपां उन्हां बारे भी पढ़ चुके हैं। एक जी सच तुसीं श्री गुरु ग्रंथ साहिब जी बारे एक गल याद रखो जी, होर मैं कल स्लिप फोकस माइंड विच तुहानूं पढ़ाउणा जी। उन्हां दे कहिंदा जी पन्ने तुसीं याद रखणे जी। पन्ने किन्ने ने जी उन्हां विच? 1430 ने जी। ते एक उन्हां विच शब्द किन्ने ने जी? ओह हैगे 5894 जी। आदो गल्लां होर उस विच जी ऐड कर लिओ तुसीं जी, ठीक है। आपां हुण करदे हां पंज तख्त अपने जी। ਜਿਵੇਂ ਆਖਿਆ ਪੰਜ ਤਖਤਾਂ ਦੇ ਵਿੱਚੋਂ ਆਪਣਾ ਪਹਿਲਾ ਤਖਤ ਕਿਹੜਾ ਸੀ? ਤਾਂ ਪਹਿਲਾ ਤਖਤ ਹੈਗਾ ਜੀ ਸ੍ਰੀ ਅਕਾਲ ਤਖਤ ਸਾਹਿਬ। ਆਪਣਾ ਪਹਿਲਾ ਤਖਤ ਹੈ ਜੀ ਸ੍ਰੀ ਅਕਾਲ ਤਖਤ ਸਾਹਿਬ। ਇਹ ਕਿੱਥੇ ਹੈ ਜੀ? ਜੋ ਆਪਣਾ ਜੀ ਹਰਿਮੰਦਰ ਸਾਹਿਬ ਹੈ ਜੀ, ਉਸ ਦੇ ਬਿਲਕੁਲ ਸਾਹਮਣੇ ਹੈ ਜੀ, ਜਾਣੀ ਕਿ ਅੰਮ੍ਰਿਤਸਰ ਵਿਖੇ ਹੈਗਾ ਜੀ, ਠੀਕ ਹੈ ਜੀ। ਇਹ ਬਣਵਾਇਆ ਕਿਹਨਾਂ ਨੇ ਸੀਗਾ ਜੀ? ਇਹ ਬਣਵਾਇਆ ਸੀਗਾ ਜੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਬਣਵਾਇਆ ਜੀ, ਠੀਕ ਹੈ। ਉਸ ਦਾ ਆਪਾਂ ਇਹਨਾਂ ਦੇ ਜਥੇਦਾਰ ਕੀਤੇ ਸੀਗੇ ਜੀ, ਤੁਹਾਨੂੰ ਕਰਵਾਤਾ ਸੀਗਾ ਜੀ। ਜੋ ਜਥੇਦਾਰ ਪਹਿਲੇ ਜਥੇਦਾਰ ਸੀਗੇ ਜੀ ਅਕਾਲ ਤਖ਼ਤ ਸਾਹਿਬ ਦੇ, ਉਹ ਸੀਗੇ ਜੀ ਭਾਈ ਗੁਰਦਾਸ ਜੀ। ਤੇ ਜੋ ਦੂਸਰੇ ਜਥੇਦਾਰ ਬਣੇ ਸੀ ਉਹ ਸੀਗੇ ਜੀ ਭਾਈ ਮਣੀ ਜੀ, ਠੀਕ ਹੈ। ਤਖ਼ਤ ਸਾਹਿਬ ਬਾਰੇ ਇੰਨੀ ਗੱਲ ਯਾਦ ਰੱਖਣੀ ਪਹਿਲੇ ਤੁਸੀਂ ਅੰਮ੍ਰਿਤਸਰ। ਤੇ ਇੱਥੇ ਕਰਦੇ ਕੀ ਸੀਗੇ ਜੀ? ਇੱਕ ਤਰ੍ਹਾਂ ਦੀ ਜੀ ਅਦਾਲਤ ਬਣਾ ਰੱਖੀ ਸੀ ਜੀ, ਠੀਕ ਹੈ ਜੀ। ਤਖ਼ਤ ਸਾਹਿਬ ਸੀਗਾ ਜੀ ਅਦਾਲਤ ਦਾ ਰੂਪ ਦਿੱਤਾ ਹੋਇਆ ਸੀਗਾ ਕਿ ਜੋ ਵੀ ਜੀ ਲੋਕਾਂ ਦੇ ਮਸਲੇ ਹੁੰਦੇ ਸੀ ਜੀ ਉਹ ਇੱਥੇ ਸੋਲਵ ਕੀਤੇ ਜਾਂਦੇ ਸੀਗੇ, ਠੀਕ ਹੈ। ਦੂਸਰੇ ਆਪਣੇ ਤਖ ਦੂਸਰਾ ਆਪਣਾ ਜੋ ਤਖਤ ਹੈ ਜੀ ਉਹ ਹੈਗਾ ਜੀ ਤਖਤ ਸ੍ਰੀ ਪਟਨਾ ਸਾਹਿਬ। ਹੁਣ ਆਹ ਤਖਤ ਆਪਣਾ ਕਿੱਥੇ ਜੀ? ਇਸ ਦੇ ਤਾਂ ਨਾਮ ਤੇ ਪਤਾ ਲੱਗ ਜਾਂਦਾ ਜੀ ਕਿ ਇਹ ਜੀ ਬਿਹਾਰ ਦੀ ਰਾਜਧਾਨੀ ਦੇ ਵਿੱਚ ਹੈ ਜੀ, ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੈ, ਠੀਕ ਹੈ। ਤੇ ਇੱਥੇ ਕੀ ਸੀਗਾ ਜੀ? ਉਰੇ ਜੀ ਲਿਖਦੇ 1666 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਇੱਥੇ ਜੀ। ਠੀਕ ਹੈ ਜੀ, ਤੁਹਾਨੂੰ ਦੱਸਿਆ ਸੀਗਾ ਜੀ ਜਦੋਂ ਆਪਾਂ ਗੁਰੂ ਤੇਗ ਬਹਾਦਰ ਜੀ ਪੜ੍ਹੇ ਸੀਗੇ ਕਿ ਉਹ ਜੀ ਜਦੋਂ ਯਾਤਰਾਵਾਂ ਦੇ ਉੱਤੇ ਚੱਲੇ ਹੋਏ ਸੀਗੇ ਜੀ, ਤਾਂ ਜਦੋਂ ਇਹ ਪਟਨਾ ਪਹੁੰਚੇ ਜੀ ਉਦੋਂ ਜੋ ਗੁਜਰੀ ਜੀ ਸੀ ਜੀ ਉਹ ਜੀ ਗਰਭ ਅਵਸਥਾ ਦੇ ਵਿੱਚ ਸੀਗੇ ਜੀ, ਤਾਂ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਪਟਨਾ ਸਾਹਿਬ ਛੱਡ ਕੇ ਜੀ ਆਪ ਅੱਗੇ ਚਲੇ ਗਏ ਸੀਗੇ। ਤੇ 1666 ਈਸਵੀ ਨੂੰ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੇ ਜਨਮ ਹੋਇਆ ਸੀਗਾ ਜੀ, ਜਿਨ੍ਹਾਂ ਦਾ ਕਿ ਬਚਪਨ ਦਾ ਨਾਮ ਜੀ ਗੋਬਿੰਦ ਰਾਏ ਸੀਗਾ ਜੀ। ਇਹਨਾਂ ਨੇ ਆਪਦਾ ਜੋ ਬਚਪਨ ਹੈ ਜੀ ਪਟਨਾ ਸਾਹਿਬ ਦੇ ਵਿੱਚ ਹੀ ਬਿਤਾਇਆ ਹੈਗਾ ਜੀ। ਜੋ ਪਟਨਾ ਜੀ ਇਹ ਜੀ ਜਨਮ ਭੂਮੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ, ਠੀਕ ਹੈ। ਉਸ ਤੋਂ ਬਾਅਦ ਆਪਣੇ ਜੀ ਤੀਜਾ ਤਖ਼ਤ ਕਿਹੜਾ ਜੀ? ਤੀਜਾ ਤਖ਼ਤ ਹੈਗਾ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਇਹ ਕਿੱਥੇ ਹੈ ਜੀ? ਇਹ ਹੈਗਾ ਆਪਣੇ ਜੀ ਅਨੰਦਪੁਰ ਸਾਹਿਬ ਵਿਖੇ, ਅਨੰਦਪੁਰ ਸਾਹਿਬ ਵਿਖੇ। ਇੱਥੇ ਕੀ ਕੀਤਾ ਸੀਗਾ ਜੀ? 13 ਅਪ੍ਰੈਲ 1699 ਨੂੰ
ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਜੀ। ਤੁਹਾਨੂੰ ਕੱਲ੍ਹ ਨੂੰ ਦੱਸਿਆ ਸੀਗਾ ਜੀ ਖਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ ਜੀ, ਕਿਹੜੀ ਜਗ੍ਹਾ ਤੇ? ਅਨੰਦਪੁਰ ਸਾਹਿਬ ਵਿਖੇ ਕੀਤੀ ਸੀਗੀ, ਤਾਂ ਉਹ ਕੀਤੀ ਸੀਗੀ ਕੇਸਗੜ੍ਹ ਸਾਹਿਬ ਦੇ ਵਿੱਚ ਜੀ ਆਪਣੇ, ਇਸੇ ਕਰਕੇ ਉਹਨਾਂ ਨੂੰ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਜ ਜਾਣਦੇ ਜੀ ਆਪਾਂ। ਉਸ ਤੋਂ ਬਾਅਦ ਆ ਗਿਆ ਆਪਣੇ ਜੀ ਚੌਥਾ ਤਖ਼ਤ ਕਿਹੜਾ ਹੈਗਾ ਜੀ? ਚੌਥਾ ਤਖ਼ਤ ਹੈਗਾ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ। ਇਹ ਕਿੱਥੇ ਜੀ? ਇਹ ਹੈਗਾ ਜੀ ਤਲਵੰਡੀ ਸਾਬੋ ਬਠਿੰਡਾ ਜੀ। ਇੱਥੇ ਕੀ ਕੀਤਾ ਸੀ? ਜੋ ਆਪਣੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਜੀ, ਉਹਨਾਂ ਨੇ ਇੱਥੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਸੀਗਾ ਜੀ, ਠੀਕ ਹੈ ਜੀ। ਤਾਂ ਇਸੇ ਕਰਕੇ ਇਹਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਕਹਿੰਦੇ ਜੀ, ਇਸੇ ਕਰਕੇ ਇਹਨੂੰ ਜੀ ਇੱਕ ਅਨੋਖੀ ਪਹਿਚਾਣ ਮਿਲੀ ਸੀਗੀ ਜੀ। ਇਸ ਨੂੰ ਆਪਾਂ ਗੁਰੂ ਕੀ ਕਾਸ਼ੀ ਵੀ ਬੋਲਦੇ ਨੇ ਦਮਦਮਾ ਸਾਹਿਬ ਨੂੰ ਜੀ, ਠੀਕ ਹੈ। ਇੱਥੇ ਜੋ ਕੰਮ ਹੋਇਆ ਸੀਗਾ ਜੀ ਉਹ ਸੀਗਾ ਜੀ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਸੀ ਜੀ। ਇੱਥੇ ਕਰੀਬ ਜੀ ਇੱਕ ਸਾਲ ਤੱਕ ਰਹੇ ਸੀ ਜੀ, ਠੀਕ ਹੈ ਜੀ। ਇਸ ਤੋਂ ਬਾਅਦ ਹੀ ਫਿਰ ਇਹ ਜੀ ਦੱਖਣ ਵੱਲ ਨੂੰ ਰਵਾਨਾ ਹੋ ਗਏ ਸੀਗੇ ਜੀ। ਪੰਜਵਾਂ ਤਖ਼ਤ ਹੈ ਜੀ ਆਪਣਾ ਤਖ਼ਤ ਸ੍ਰੀ ਹਜ਼ੂਰ ਸਾਹਿਬ। ਇਹ ਕਿੱਥੇ ਹੈ ਜੀ? ਇਹ ਹੈਗਾ ਜੀ ਨੰਦੇੜ ਦੇ ਵਿੱਚ, ਜਦੋਂ ਆਪਾਂ ਨੰਦੇੜ ਸਾਹਿਬ ਬੋਲਦੇ ਹਾਂ ਜੀ। ਨੰਦੇੜ ਸਾਹਿਬ ਜੀ ਮਹਾਰਾਸ਼ਟਰ ਦੇ ਵਿੱਚ ਹੈ ਜੀ, ਜੋ ਕਿ ਗੋਦਾਵਰੀ ਨਦੀ ਦੇ ਕੰਢੇ ਹੈ ਜੀ। ਗੋਦਾਵਰੀ ਦਰਿਆ ਦੇ ਕੰਢੇ ਉੱਤੇ ਹੈਗਾ ਜੀ, ਠੀਕ ਹੈ। ਇੱਥੇ ਜੋ ਹੋਇਆ ਸੀਗਾ ਜੀ, ਇੱਥੇ ਜੋ ਆਪਣੇ ਦਸਵੇਂ ਗੁਰੂ ਜੀ ਸੀਗੇ ਜੀ, ਉਹ ਇੱਥੇ ਜੋਤੀ ਜੋਤ ਸਮਾਏ ਸੀ ਜੀ, ਠੀਕ ਹੈ। ਤਾਂ ਇਸ ਬਾਰੇ ਗੱਲ ਸੀਗੀ ਜੀ, ਗੁਰੂ ਗੋਬਿੰਦ ਸਿੰਘ ਜੀ ਇੱਥੇ ਜੋਤੀ ਜੋਤ ਸਮਾਏ ਸੀ। ਆਪਾਂ ਇੱਕ ਵਾਰੀ ਇਹਨੂੰ ਰਿਵਾਈਜ਼ ਕਰਦੇ ਜੀ। ਪਹਿਲਾ ਤਖ਼ਤ ਹੈ ਜੀ ਸ੍ਰੀ ਅਕਾਲ ਤਖ਼ਤ ਸਾਹਿਬ, ਇਸ ਬਾਰੇ ਗੱਲ ਹੋ ਰਹੀ ਜੀ। ਇਹ ਹੈਗਾ ਜੀ ਸਭ ਤੋਂ ਪੁਰਾਣਾ ਤਖ਼ਤ ਹੈ ਜੀ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ। ਇਹ ਬਣਵਾਇਆ ਸੀ ਜੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਜੀ। ਇੱਕ ਅਦਾਲਤ ਸੀਗੀ ਜੀ, ਕਚਹਿਰੀ ਸੀਗੀ, ਜਿੱਥੇ ਕਿ ਲੋਕਾਂ ਦੇ ਮਸਲੇ ਹੱਲ ਕੀਤੇ ਜਾਂਦੇ ਸੀਗੇ, ਠੀਕ ਹੈ ਜੀ। ਤੇ ਕਿਸੇ ਨਾਲ ਜੀ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ ਸੀਗਾ, ਹਰ ਇੱਕ ਧਰਮ ਦਾ ਬੰਦਾ ਇੱਥੇ ਇਨਸਾਫ ਲਈ ਆਉਂਦਾ ਸੀ। ਦੂਸਰਾ ਤਖ਼ਤ ਹੈ ਜੀ ਤਖ਼ਤ ਸ੍ਰੀ ਪਟਨਾ ਸਾਹਿਬ, ਇਹ ਬਿਹਾਰ ਦੀ ਰਾਜਧਾਨੀ ਹੈ ਜੀ, ਜੋ ਪਟਨਾ ਉਹਦੇ ਵਿੱਚ ਸਥਿਤ ਹੈ ਜੀ। ਤੇ 1066 ਈਸਵੀ ਨੂੰ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਥੇ ਜਨਮ ਹੋਇਆ ਸੀਗਾ ਜੀ। ਤੀਸਰਾ ਆਪਣੇ ਹੈਗਾ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜੋ ਕਿ ਅਨੰਦਪੁਰ ਸਾਹਿਬ ਵਿੱਚ ਹੈ ਜੀ। ਇੱਥੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀਗੀ ਜੀ। ਖਾਲਸਾ ਪੰਥ ਸਾਜਿਆ ਸੀਗਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਜੀ, ਠੀਕ ਹੈ। ਕੱਲ੍ਹ ਨੂੰ ਉਸਦੀ ਤੁਹਾਨੂੰ ਸਟੋਰੀ ਵੀ ਦੱਸੀ ਸੀਗੀ ਸਾਰੀ ਦੀ ਸਾਰੀ। ਤੇ ਇਹ ਕੁਸਚਨ ਪੁੱਛਿਆ ਜਾਂਦਾ ਜੀ ਅਨੰਦਪੁਰ ਸਾਹਿਬ ਵਿਖੇ ਵੀ ਜੋ ਖਾਲਸਾ ਪੰਥ ਦੀ ਸਥਾਪਨਾ ਹੈਗੀ ਹੈ ਜੀ, ਉਹ 13 ਅਪ੍ਰੈਲ 1699 ਤੱਕ ਕੀਤੀ ਤੇ ਕਿਹੜੀ ਜਗ੍ਹਾ ਦੇ ਉੱਤੇ ਕੀਤੀ ਗਈ ਸੀਗੀ? ਅਨੰਦਪੁਰ ਸਾਹਿਬ ਹੋਏਗਾ ਜੀ। ਜੇ ਅਨੰਦਪੁਰ ਸਾਹਿਬ ਨਾ ਹੋਇਆ ਤਾਂ ਉੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਲਿਖਿਆ ਹੋਏਗਾ, ਤਾਂ ਤੁਸੀਂ ਇਸ ਨੂੰ ਪ੍ਰੈਫਰੈਂਸ ਦੇਣੀ ਉੱਥੇ। ਚੌਥਾ ਜੋ ਆਪਣਾ ਤਖ਼ਤ ਹੈ ਜੀ ਹੈਗਾ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ।
ਇਹ ਤਲਵੰਡੀ ਸਾਬੋ ਵਿੱਚ ਆਈ ਬਠਿੰਡਾ ਜ਼ਿਲ੍ਹੇ ਦੇ ਵਿੱਚ ਤੇ ਜੋ ਦਸਵੇਂ ਗੁਰੂ ਸੀਗੇ ਆਪਣੇ ਜੀ ਗੋਬਿੰਦ ਸਿੰਘ ਜੀ ਇਹਨਾਂ ਨੇ ਸ੍ਰੀ ਗ੍ਰੰਥ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀ ਦਾ ਇੱਥੇ ਸਰੂਪ ਇਹਨਾਂ ਨੇ ਤਿਆਰ ਕੀਤਾ ਸੀਗਾ। ਨੈਕਸਟ ਆਪਣਾ ਜੋ ਲਾਸਟ ਹੈ ਇਹ ਤਖ਼ਤ ਉਹ ਹੈਗੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੋ ਕਿ ਨੰਦੇੜ ਸਾਹਿਬ ਵਿੱਚ ਆਈ ਮਹਾਰਾਸ਼ਟਰ ਦੇ ਵਿੱਚ ਆਈ ਗੋਦਾਵਰੀ ਦਰਿਆ ਦੇ ਕੰਢੇ ਵਸਿਆ ਹੋਇਆ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਜੀ ਜੋਤੀ ਜੋਤ ਸਮਾਏ ਸੀਗੇ। ਤੁਸੀਂ ਜਾਣਦੇ ਕਿ ਜੋ ਪਠਾਨ ਇੱਕ ਨੇ ਜੀ ਇਹਨਾਂ ਦੇ ਦਿਲ ਦੇ ਹੇਠਾਂ ਜੀ ਚਾਕੂ ਮਾਰ ਦਿੱਤਾ ਸੀਗਾ ਜੀ, ਠੀਕ ਹੈ ਜੀ। ਇਹਨਾਂ ਦਾ ਜ਼ਿਆਦਾ ਖੂਨ ਬਹਿਣ ਕਰਕੇ ਇਹਨਾਂ ਦੀ ਇਹ ਉੱਥੇ ਜੋਤੀ ਜੋਤ ਸਮਾ ਗਏ ਸੀਗੇ। ਤਾਂ ਇੱਕ ਵਾਰ ਤੁਸੀਂ ਇੰਨਾ ਲਿਖੋ ਜੀ, ਠੀਕ ਹੈ। ਉਸ ਤੋਂ ਬਾਅਦ ਆਪਾਂ ਅੱਗੇ ਕਰਦੇ ਹਾਂ ਸਟਾਰਟ, ਠੀਕ ਹੈ ਜੀ। ਆਪਾਂ ਜੀ ਪੰਜ ਤਖ਼ਤ ਪੜ੍ਹ ਚੁੱਕੇ ਹਾਂ ਜੀ ਆਪਣੇ ਆਪਣੇ ਜੋ ਦਸ ਗੁਰੂ ਸੀ ਆਪਾਂ ਉਹਨਾਂ ਨੂੰ ਵੀ ਪੜ੍ਹ ਲਿਆ ਜੀ। ਉਸ ਤੋਂ ਬਾਅਦ ਕੀ ਹੋਇਆ ਜੀ? ਉਸ ਤੋਂ ਬਾਅਦ ਆਪਾਂ ਪੜ੍ਹਨਾ ਜੀ ਬੰਦਾ ਸਿੰਘ ਬਹਾਦਰ ਜੀ ਬਾਰੇ। ਤੁਹਾਨੂੰ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੜ੍ਹਾਇਆ ਸੀਗਾ ਜੀ ਤਾਂ ਤੁਹਾਨੂੰ ਉਦੋਂ ਦੱਸਿਆ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਬੰਦਾ ਸਿੰਘ ਬਹਾਦਰ ਨੂੰ ਬਦਲਾ ਲੈਣ ਲਈ ਕਿਹਾ ਸੀਗਾ ਜੀ ਵਜ਼ੀਰ ਖਾਨ ਤੋਂ, ਠੀਕ ਹੈ। ਤਾਂ ਆਪਾਂ ਇਹਨਾਂ ਦੀ ਕਹਾਣੀ ਸ਼ੁਰੂ ਕਰਦੇ ਹਾਂ। ਇਹਨਾਂ ਦਾ ਜਨਮ ਹੋਇਆ ਜੀ ਸੋਲਾਂ ਸੌ ਸੱਤਰ ਈਸਵੀ ਦੇ ਵਿੱਚ ਜੀ। ਕਿੱਥੇ ਹੋਇਆ ਜੀ? ਤਾਂ ਇਹ ਹੋਇਆ ਜੀ ਰਜੌਰੀ, ਪੁੰਛ ਜ਼ਿਲ੍ਹਾ ਜੀ ਅੱਜ। ਕਸ਼ਮੀਰ ਦੇ ਵਿੱਚ ਜੀ ਅੱਜ ਦੇ ਟਾਈਮ ਦੇ ਵਿੱਚ ਜੀ। ਉਸ ਤੋਂ ਆਏਗਾ ਜੀ ਇਹਨਾਂ ਦਾ ਬਚਪਨ ਦਾ ਨਾਮ ਕੀ ਸੀਗਾ? ਇਹਨਾਂ ਦਾ ਬਚਪਨ ਦਾ ਨਾਮ ਸੀਗਾ ਜੀ ਲਛਮਣ ਦੇਵ ਜੀ, ਠੀਕ ਹੈ। ਉਸ ਤੋਂ ਇਹਨਾਂ ਦੇ ਹੋਰ ਵੀ ਨਾਮ ਸੀਗੇ ਜੀ ਅਦਰ ਨੇਮ ਜੋ ਇਹਨਾਂ ਦੇ ਰੱਖੇ ਗਏ ਨੇ ਜੀ, ਉਹ ਸੀਗੇ ਜੀ ਮਾਧੋ ਦਾਸ ਤੇ ਬੰਦਾ ਵਿਰਾਗੀ। ਇਹਨਾਂ ਦੀ ਵਾਈਫ ਦਾ ਨਾਮ ਸੀਗਾ ਜੀ ਸੁਸ਼ੀਲ ਕੌਰ ਤੇ ਇੱਕ ਇਹਨਾਂ ਦਾ ਬੇਟਾ ਸੀਗਾ ਜੀ ਉਹਦਾ ਨਾਮ ਸੀਗਾ ਜੀ ਅਜੇ। ਹੁਣ ਜੋ ਬੰਦਾ ਸਿੰਘ ਬਹਾਦਰ ਜੀ ਸੀਗੇ ਜੀ ਇੱਕ ਵਾਰ ਕੀ ਹੋਇਆ ਜੀ ਇਹ ਸ਼ਿਕਾਰ ਕਰਨ ਲਈ ਚਲੇ ਗਏ ਜੀ ਤਾਂ ਸ਼ਿਕਾਰ ਕਰਦੇ ਹੋਏ ਜੀ ਇਹਨਾਂ ਦੇ ਹੱਥੋਂ ਜੀ ਇੱਕ ਹਿਰਨੀ ਦਾ ਸ਼ਿਕਾਰ ਹੋਇਆ। ਜਦੋਂ ਇਹਨਾਂ ਨੇ ਦੇਖਿਆ ਹਿਰਨੀ ਨੂੰ ਜੀ ਤਾਂ ਹਿਰਨੀ ਦੇ ਪੇਟ ਦੇ ਵਿੱਚ ਮਤਲਬ ਗਰਭ ਦੇ ਵਿੱਚ ਜੀ ਦੋ ਬੱਚੇ ਵੀ ਸੀਗੇ ਜੀ ਹਿਰਨੀ ਮੇਰੀ ਤਾਂ ਨਾਲ ਉਹਨਾਂ ਦੀ ਵੀ ਡੈਥ ਹੋ ਗਈ ਸੀ ਜੀ। ਜਿਹਨਾਂ ਨੂੰ ਦੇਖ ਕੇ ਇਹਨਾਂ ਦਾ ਮਨ ਜੀ ਪਿਘਲ ਗਿਆ ਇਹ ਬਹੁਤ ਦੁਖੀ ਹੋਈ ਜੀ ਉਸ ਗੱਲ ਤੋਂ ਵੀ ਮੈਂ ਸ਼ਿਕਾਰ ਕੀਤਾ ਇੱਦਾਂ ਕਰਕੇ ਵੀ ਮੈਂ ਇਹਨਾਂ ਨੂੰ ਮੇਰੇ ਕਰਕੇ ਇਹਨਾਂ ਦੀ ਡੈਥ ਹੋ ਗਈ ਤਾਂ ਬਹੁਤ ਨਿਰਾਸ਼ ਹੋਈ ਤੇ ਇਹਨਾਂ ਨੇ ਸੋਚਿਆ ਵੀ ਆਪਾਂ ਇਹ ਕੰਮ ਨਹੀਂ ਕਰਨਾ ਹੈਗਾ ਆਪਾਂ ਸ਼ਿਕਾਰ ਛੱਡ ਦੇਣਾ ਆਪਾਂ ਸੰਗਤ ਵਗੈਰਾ ਕਰਿਆ ਕਰਾਂਗੇ ਠੀਕ ਹੈ ਜੀ ਰੱਬ ਦਾ ਨਾਂ ਜਪਾਂਗੇ ਆਪਾਂ ਇੱਦਾਂ ਦਾ ਕੰਮ ਨਹੀਂ ਕਰਨਾ ਤਾਂ ਇਹਨਾਂ ਨੇ ਛੱਡ ਕੇ ਜੀ ਇਹ ਬੈਰਾਗੀ ਜੀਵਨ ਬਿਤਾਉਣ ਲੱਗ ਗਏ ਸੀਗੇ ਠੀਕ ਹੈ। ਇਹ ਜਦੋਂ ਬੈਰਾਗੀ ਜੀਵਨ ਬਿਤਾਉਣ ਲੱਗ ਗਏ ਜੀ ਤਾਂ ਬੈਰਾਗੀ ਜੀਵਨ ਬਿਤਾਉਂਦੇ ਹੋਏ ਇਹਨਾਂ ਦਾ ਨਾਮ ਪੈ ਗਿਆ ਸੀ ਮਾਧੋ ਦਾਸ ਠੀਕ ਹੈ ਜੀ। ਜਨਕ ਪ੍ਰਸਾਦ ਹੋਇਆ ਜੀ ਇਹਨਾਂ ਦੇ ਇੱਕ ਗੁਰੂ ਜੀ ਠੀਕ ਹੈ ਜੀ। ਇੱਕ ਜੀ ਅਯੁਰਨਾਥ ਸੀਗਾ ਜੀ ਉਹ ਵੀ ਇਹਨਾਂ ਦੇ ਗੁਰੂ ਰਹੇ ਨੇ ਜੀ। ਤਾਂ ਕੀ ਹੋਇਆ ਜੀ ਅਯੁਰਨਾਥ ਸੀਗੇ ਜੀ ਯੋਗ ਗੁਰੂ ਸੀ ਜੀ ਜੋ ਕਿ ਨਾਸਿਕ ਦੇ ਵਿੱਚ ਰਹਿੰਦੇ ਸੀ ਜੀ ਉਹਨਾਂ ਦੀ ਜਦੋਂ ਮ੍ਰਿਤਿਉ ਹੋਈ ਜੀ ਤਾਂ ਬੰਦਾ ਸਿੰਘ ਬਹਾਦਰ ਜੀ ਉੱਥੇ ਗਏ ਸੀਗੇ ਜੀ ਅਯੁਰਨਾਥ ਜੀ ਨਾਸਿਕ ਦੇ ਵਿੱਚ ਜੀ। ਤਾਂ ਉੱਥੇ ਜਾ ਕੇ ਜੀ ਜਦੋਂ ਆਉਂਦੇ ਸੀਗੇ ਜੀ ਆਹ ਹੋ ਗਏ ਨੰਦੇੜ ਨੰਦੇੜ ਸਾਹਿਬ ਚਲੇ ਗਏ ਜੀ। ਨੰਦੇੜ ਸਾਹਿਬ ਇਹਨਾਂ ਦੀ ਮੁਲਾਕਾਤ ਹੋਈ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਠੀਕ ਹੈ ਜੀ। ਤਾਂ ਆਪਾਂ ਲਿਖਦੇ ਹਾਂ ਜੀ ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ
सिंह जी नाल नदेड़ साहब मुलाकात हुई सी। ठीक है, गुरु गोविंद सिंह जी ने जो बंदा सिंह बहादुर जी मिले ने जी, तो गुरु गोविंद सिंह जी जी नाल जो भी कुछ होया सी जी, इन्हां ने सारी कहानी जी बंदा सिंह बहादुर जी नूं दसी ते इन्हां नूं प्रेरित किया कि तू बदला लै साडा वजीर खान कोलों, जिन्हां ने कि गुरु जी दे जी दो साहिबजादे सीगे जो छोटे उन्हां नूं जिउंदे नीहां दे विच चिणवा दित्ता सी। तां बंदा सिंह बहादुर जी उत्थे गुस्से विच सीगे जी, गुस्से विच बहुत हो गए क्योंकि इन्हां ने उत्थे मन दे चाही भी गुरु जी नाल इन्ना कुछ हो गया जी ते सानूं पता तक भी नहीं। तां इन्हां ने गल सुण दी ते गुरु जी ने जी इन्हां नूं उत्थे ही बंदा दा नाम दिता सी भी तू गुरु का बंदा है। ठीक है, तां उत्थों ही इन्हां दा नाम बंदा सिंह बहादुर पिया सी जी। उस तों बाद जी की होया, गुरु जी ने इन्हां नूं जी पंज तां तीर दित्ते, एक इन्हां नूं नगाड़ा दिता जी ते नाल जी पंज सिख भेजे इन्हां दे नाल जी। ठीक है जी, जिन्हां दा कि इन्हां नूं नेता बनाया गया जी, जाने कि एक नेता बना के इन्हां नूं जी पंजाब वाल भेजा जी गुरु जी ने। तब लिखते हैं जी कि गुरु जी ने एक नगारा पांच तीर पांच सिखां नाल पंज सिखां दा नेता बना के बंदा सिंह पंजाब भेजा। बंदा सिंह बहादुर जी जिदा ही पंजाब दे विच आया जी, तां इन्हां ने आउंदे जंग शुरू करती जी। जंग दे विच की सीगा जी, इन्हां ने समाणा दित्ते भी आपदा कब्जा कर लिया जी, सरहिंद दित्ते आपदा कब्जा कर लिया जी, एक जी सडोरा सीगा जी उहदे उत्ते भी आपदा कब्जा कर लिया जी, एक मुस्तफाबाद सीगा जी मुस्तफा से अपने कब्जे विच लै लिया सीगा जी। जो भी इन्हां दे नाल नाल इलाके लगदे सीगे सारे सारे बंदा सिंह बहादुर ने जी अपने कब्जे दे विच लै ले सीगे। तां उस्ताद जी जो अपने सरहिंद दा नवाब सीगा जी वजीर खान, जिन्हां दे के हुक्मां दे नाल जी छोटे साहिबजादियां नूं नीहां दे विच चिणाया गया सीगा, उहनां नूं भी जी इन्हां ने ही मारिया सी। उहनां नूं कित्थे मारिया जी, तां उहनां नूं मारिया सीगा वजीर खान नूं चप्पड़ चिड़ी दी लड़ाई विच मारिया। ठीक है, तो इस प्रकार जी जिद्दां ही बंदा सिंह बहादुर सी इन्हां नूं मारिया सी इन्हां ने 1710 दे विच, ये भी गल याद रखी तुसीं। तां बंदा सिंह बहादुर ने जी थोड़े जे टाइम विच ही जी काफी एरिए दे उत्ते कब्जा कर लिया सीगा जी ते काफी नाम कमा लिया सीगा जी। जो उस टाइम उत्ते जी राजा सीगा जी मुगल बादशाह सीगा, उन्हां ने भी इन्हां ते हमला करवाया जी। जदों इह जी इह राज विच बैठे सीगे ते इन्हां ने की काम कीते ने जी, पहला आपां पढ़दे हां। तां जदों इह राज विच बैठे सी जी, इन्हां ने सब तों पहला तां जी गुरु नानक देव जी अते गुरु गोविंद सिंह जी दी मोर चलाई दी, मोर जारी की थी।
ਉਸ ਤਾਂ ਇਹਨਾਂ ਨੇ ਜੀ ਸਰਕਾਰੀ ਕੰਮਾਂ ਲਈ ਫਾਰਸੀ ਭਾਸ਼ਾ ਯੂਜ ਕੀਤੀ ਜੀ। ਠੀਕ ਹੈ, ਇੱਕ ਇਹਨਾਂ ਨੇ ਕੀ ਕੀਤਾ ਸੀਗਾ ਕਿ ਮੁਖਲਿਸਪੁਰ ਨੂੰ ਜੀ ਆਪਣੀ ਰਾਜਧਾਨੀ ਬਣਾ ਲਈ। ਜਿਸ ਦਾ ਨਾਮ ਬਾਅਦ ਵਿੱਚ ਲੋਹਗੜ੍ਹ ਰੱਖ ਦਿੱਤਾ ਜੀ। ਠੀਕ ਹੈ, ਇਹ ਇਹਨਾਂ ਨੇ ਕੰਮ ਕੀਤੇ ਸੀਗੇ। ਇੱਕ ਇਹਨਾਂ ਜੀ ਸਲੋਗਨ ਦਿੱਤਾ ਸੀਗਾ ਜੀ, ਉਹ ਵੀ ਤੁਸੀਂ ਯਾਦ ਰੱਖੋ, ਸਲੋਗਨ ਦਿੱਤਾ ਸੀ ਇਹਨਾਂ ਨੇ ਜੀ, ਦੇਗ ਤੇਗ ਫਤਿਹ। ਤਾਂ ਇਹ ਇਹਨਾਂ ਨੇ ਕੰਮ ਕੀਤੇ ਸੀਗੇ। ਮੁਖਲਿਸਪੁਰ ਵਾਲਾ ਇਹ ਕੁਸ਼ਚਨ ਪੁੱਛਿਆ ਜਾ ਚੁੱਕਿਆ ਜੀ। ਉਹ ਤਾਂ ਤੁਹਾਨੂੰ ਦੱਸਿਆ ਸੀਗਾ ਕਿ ਮੁਗਲ ਸੈਨਾ ਸੀਗੀ ਜੀ, ਜੋ ਉਸ ਟਾਈਮ ਉੱਤੇ ਗੱਦੀ ਉੱਤੇ ਬੈਠਾ ਸੀਗਾ ਜੀ ਬਹਾਦਰ ਸ਼ਾਹ। ਤਾਂ ਉਹਨੂੰ ਚਿੰਤਾ ਹੋਣ ਲੱਗੀ ਵੀ ਬੰਦਾ ਸਿੰਘ ਬਹਾਦਰ ਜਿਸ ਤਰ੍ਹਾਂ ਨਾਲ ਆ ਕੇ ਕਬਜ਼ਾ ਲੈ ਰਿਹਾ ਹੈਗਾ ਹਰ ਇੱਕ ਥਾਂ ਦੇ ਉੱਤੇ, ਤਾਂ ਉਹਨਾਂ ਦਾ ਕੁਛ ਨਾ ਕੁਛ ਕੀਤਾ ਜਾਵੇ। ਤਾਂ ਮੁਗਲ ਸੈਨਾ ਨੇ ਕੀ ਕੀਤਾ ਜੀ, ਇੱਕਦਮ ਲੋਹਗੜ੍ਹ ਦੇ ਉੱਤੇ ਹਮਲਾ ਕਰ ਦਿੱਤਾ ਜੀ। ਹਮਲਾ ਕੀਤਾ ਜਦੋਂ ਜੀ, ਤਾਂ ਜੋ ਬੰਦਾ ਸਿੰਘ ਬਹਾਦਰ ਸੀਗੇ ਜੀ ਉੱਥੋਂ ਇੱਕਦਮ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਜੀ। ਠੀਕ ਹੈ, ਕਿਉਂਕਿ ਇਹਨਾਂ ਦੀ ਕੋਈ ਤਿਆਰੀ ਹੈ ਨਹੀਂ ਸੀਗੀ, ਤਾਂ ਇੱਕਦਮ ਉਹਨਾਂ ਨੇ ਹਮਲਾ ਕਰਤਾ ਸੀਗਾ, ਤਾਂ ਉੱਥੋਂ ਨਿਕਲ ਗਏ ਜੀ। ਠੀਕ ਹੈ, ਉਸ ਤੋਂ ਬਾਅਦ ਜੀ ਕੀ ਹੋਇਆ ਜੀ, ਇਹਨਾਂ ਨੂੰ ਫੜਨ ਦੇ ਲਈ ਜੀ ਹਰ ਪਾਸੇ ਬਹਾਦਰ ਸ਼ਾਹ ਨੇ ਜੀ ਫੌਜਾਂ ਲਾਤੀਆਂ ਸੀਗੀਆਂ। ਤੇ ਜੋ ਬੰਦਾ ਸਿੰਘ ਬਹਾਦਰ ਜੀ ਨੂੰ ਫੜਿਆ ਸੀਗਾ ਜੀ, ਉਹ ਫੜਿਆ ਸੀਗਾ ਫਾਰੂਕ ਸ਼ੇਰ ਨੇ ਜੀ। ਫਾਰੂਕ ਸ਼ੇਰ ਨੇ ਬੰਦਾ ਸਿੰਘ ਬਹਾਦਰ ਜੀ ਨੂੰ 1715 ਵਿੱਚ ਬੰਦੀ ਬਣਾ ਲਿਆ ਜੀ। ਜਾਣੀ ਕਿ ਇਹਨਾਂ ਨੂੰ ਜੀ ਕੈਦ ਕਰ ਲਿਆ ਸੀਗਾ ਜੀ, ਬੰਦਾ ਸਿੰਘ ਬਹਾਦਰ ਜੀ ਨੂੰ ਜੀ ਇਹਨਾਂ ਨੂੰ ਕੈਦ ਕੀਤਾ ਜੀ। ਠੀਕ ਹੈ, ਕੈਦ ਕਰਕੇ ਇਹਨਾਂ ਨੂੰ ਪਹਿਲਾਂ ਤਾਂ ਪੈਦਲ ਇਹਨਾਂ ਨੂੰ ਜੀ ਲਾਹੌਰ ਲੈ ਕੇ ਗਏ ਜੀ, ਉਸ ਤੋਂ ਬਾਅਦ ਇਹਨਾਂ ਨੂੰ ਪੈਦਲ ਹੀ ਦਿੱਲੀ ਵਿੱਚ ਲੈ ਕੇ ਜਾਇਆ ਗਿਆ ਜੀ। ਤਾਂ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣਾ ਧਰਮ ਬਦਲੋ, ਜੇ ਤੁਸੀਂ ਬਚਣਾ ਹੈ ਤਾਂ ਤੁਸੀਂ ਧਰਮ ਬਦਲ ਲਓ, ਇਸਲਾਮ ਨੂੰ ਕਬੂਲ ਲਓ ਤੇ ਤੁਹਾਨੂੰ ਬਖਸ਼ ਦੇਵਾਂਗੇ। ਪਰ ਇਹ ਟੱਚ ਤੋਂ ਮਾਸਾ ਨਾ ਹੋ ਜਾਈਏ, ਕਹਿੰਦੇ ਨਾ ਅਸੀਂ ਤਾਂ ਜੀ ਸਿੱਖ ਹੈਗੇ, ਸਿੱਖ ਹੀ ਰਵਾਂਗੇ ਜੀ। ਤਾਂ ਕੀ ਹੋਇਆ ਜੀ, ਇਹਨਾਂ ਦਾ ਜੋ ਬੇਟਾ ਸੀਗਾ ਜੀ ਅਜੇ, ਇਸ ਨੂੰ ਜੀ ਗੁਰੂ ਆ ਇਸ ਨੂੰ ਹੀ ਜੀ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਮਾਰ ਦਿੱਤਾ ਗਿਆ ਜੀ ਵੀ ਇਹ ਮੰਨ ਜੂਗਾ। ਪਰ ਇਹ ਟੱਸ ਤੋਂ ਮਸ ਫੇਰ ਵੀ ਨਹੀਂ ਹੋਈ ਜੀ, ਕਹਿੰਦੇ ਨਹੀਂ ਜੀ ਅਸੀਂ ਨਹੀਂ, ਅਸੀਂ ਤਾਂ ਸਿੱਖ ਹੈਗੇ, ਕੋਈ ਗੱਲ ਨਹੀਂ ਸ਼ਹੀਦ ਹੋ ਜਾਏਗਾ ਜੀ। ਤਾਂ ਇਹਨਾਂ ਨੇ ਅਜੇ ਨੂੰ ਵੀ ਮਾਰ ਦਿੱਤਾ ਸੀਗਾ ਜੀ, ਤਾਂ ਅਜੇ ਨੂੰ ਵੀ ਅਜੇ ਵੀ ਸ਼ਹੀਦ ਹੋਇਆ ਜੀ। ਇਸ ਨੂੰ ਜੀ ਬੰਦਾ ਸਿੰਘ ਬਹਾਦਰ ਜੀ ਨੇ ਇੰਨਾ ਤੜਫਾਇਆ ਇਹਨਾਂ ਨੇ ਜੀ, ਇੰਨਾ ਇਹਨਾਂ ਨੂੰ ਤਸੀਹੇ ਜ਼ਿਆਦਾ ਦਿੱਤੇ ਜੀ, ਇਹਨਾਂ ਦਾ ਕਹਿੰਦੇ ਵੀ ਅੱਖਾਂ ਕੱਢੀਆਂ ਜੀ। ਠੀਕ ਹੈ ਜੀ, ਫਿਰ ਇੱਕ ਇੱਕ ਅੰਗ ਇਹਨਾਂ ਦਾ ਵੱਢਿਆ ਗਿਆ ਸੀ। ਠੀਕ ਹੈ ਜੀ, ਤਾਂ ਇਹਨਾਂ ਦੀ ਜੀ 1716 ਦੇ ਵਿੱਚ ਇਹ ਸ਼ਹੀਦ ਹੋ ਗਏ ਜੀ। ਤਾਂ ਇਹ ਬੰਦਾ ਸਿੰਘ ਬਹਾਦਰ ਜੀ ਬਾਰੇ ਕਹਾਣੀ ਸੀ ਜੀ, ਮੈਂ ਸਟਾਰਟਿੰਗ ਤੋਂ ਲਾ ਰਹੀ ਪੜ੍ਹ, ਰਿਵਾਈਜ਼ ਕਰ ਲੈਣੇ ਕਰੀ। ਬੰਦਾ ਸਿੰਘ ਬਹਾਦਰ ਜੀ ਸੀਗੇ ਜੀ, ਇਹਨਾਂ ਦਾ ਜਨਮ ਹੋਇਆ ਜੀ 1670 ਈਸਵੀ ਨੂੰ ਰਜੌਰੀ ਵਿਖੇ, ਪੁੰਛ ਜ਼ਿਲ੍ਹਾ ਕਸ਼ਮੀਰ ਦੇ ਵਿੱਚ। ਇਹਨਾਂ ਦੇ ਬਚਪਨ ਦਾ ਨਾਮ ਸੀ ਜੀ ਲਛਮਣ ਦੇਵ, ਤੇ ਇਹਨਾਂ ਦੇ ਜੇ ਫਾਦਰ ਨੇਮ ਦੀ ਗੱਲ ਕਰੀਏ ਤਾਂ ਉਹ ਸੀਗੇ ਮਾਧੋ ਦਾਸ ਤੇ ਬੰਦਾ ਬਰਾਕੀ ਜੀ। ਇਹਨਾਂ ਦੀ ਪਤਨੀ ਦਾ ਨਾਮ ਸੀਗਾ ਸੁਸ਼ੀਲ ਕੌਰ ਤੇ ਇਹਨਾਂ ਦੇ ਬੇਟੇ ਦਾ ਨਾਮ ਸੀਗਾ ਜੀ ਅਜੇ। ਤੁਹਾਨੂੰ ਦੱਸਿਆ ਸੀ ਜੀ ਕਿ ਇਹ ਜੀ ਸ਼ਿਕਾਰੀ ਸੀਗੇ ਜੀ ਪਹਿਲਾਂ। ਇੱਕ ਦਿਨ ਇਹਨਾਂ ਦੇ ਹੱਥੋਂ ਜੀ ਇੱਕ ਹਿਰਨੀ ਦਾ ਸ਼ਿਕਾਰ ਹੋ ਗਿਆ, ਜਿਨ੍ਹਾਂ ਦੇ ਕਿ ਪੇਟ ਦੇ ਵਿੱਚ ਜੀ ਦੋ ਬੱਚੇ ਸੀਗੇ। ਜਦੋਂ ਇਹਨਾਂ ਨੇ ਦੇਖਿਆ ਜੀ ਹਿਰਨੀ ਨੂੰ,
ਮਰੇ ਹੋਏ ਤਾਂ ਇਹਨਾਂ ਦਾ ਮਨ ਪਿਘਲ ਗਿਆ ਜੀ। ਇਹ ਬਹੁਤ ਹੀ ਜ਼ਿਆਦਾ ਦੁਖੀ ਹੋਏ ਉਸ ਸੀਨ ਨੂੰ ਦੇਖ ਕੇ ਜੀ, ਤੇ ਇਹਨਾਂ ਨੇ ਜੀ ਵੈਰਾਗੀ ਜੀਵਨ ਅਪਣਾ ਲਿਆ ਜੀ। ਉਸ ਤੋਂ ਬਾਅਦ ਜੀ ਇਹ ਸੰਗਤਾਂ ਉੱਤੇ ਚਲੇ ਜਾਂਦੇ ਜੀ, ਠੀਕ ਹੈ ਜੀ। ਜਦੋਂ ਸੰਗਤਾਂ ਉੱਤੇ ਜਾਣ ਲੱਗ ਗਏ ਜੀ ਤਾਂ ਇਹਨਾਂ ਦਾ ਨਾਮ ਉੱਥੇ ਪੈ ਗਿਆ ਸੀਗਾ ਜੀ ਮਾਧੋਦਾਸ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੂੰ ਮਾਧੋਦਾਸ ਜੀ ਕਹਿਣ ਲੱਗ ਗਏ ਸੀਗੇ। ਉਸ ਤੋਂ ਬਾਅਦ ਜੀ ਇੱਕ ਅਯੁਰਨਾਥ ਨਾਮ ਦੇ ਗੁਰੂ ਸੀ ਇਹਨਾਂ ਦੇ ਜੀ, ਜੋ ਕਿ ਨਾਸਿਕ ਵਿਖੇ ਰਹਿੰਦੇ ਸੀ ਜੀ, ਉਹਨਾਂ ਦੀ ਮ੍ਰਿਤਿਊ ਦੇ ਉੱਤੇ ਗਏ ਸੀਗੇ ਜੀ। ਨਾਸਿਕ ਤੋਂ ਜਦੋਂ ਵਾਪਸ ਆਏ ਜੀ ਤਾਂ ਇਹ ਨੰਦੇੜ ਸਾਹਿਬ ਰੁਕ ਗਏ। ਨੰਦੇੜ ਸਾਹਿਬ ਦੇ ਵਿੱਚ ਇਹਨਾਂ ਦੀ ਮੁਲਾਕਾਤ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਜੀ ਇਹਨਾਂ ਨੂੰ ਸਰਦ ਸਾਰੀ ਆਪਣੀ ਕਹਾਣੀ ਦੱਸੀ ਵੀ ਇੱਦਾਂ ਕਰਕੇ ਸਾਡੇ ਨਾਲ ਇੱਦਾਂ ਇੱਦਾਂ ਹੋਇਆ, ਸਾਨੂੰ ਇੰਨਾ ਇਹਦਾ ਮਤਲਬ ਮੁਗਲਾਂ ਨੇ ਸਾਡੇ ਨਾਲ ਧੱਕਾ ਕੀਤਾ। ਤਾਂ ਬੰਦਾ ਸਿੰਘ ਬਹਾਦਰ ਜੀ ਬਹੁਤ ਗੁੱਸੇ ਵਿੱਚ ਆਏ ਉੱਥੋਂ ਜੀ, ਤੇ ਉੱਥੋਂ ਇਹਨਾਂ ਨੂੰ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਬਦਲਾ ਲੈਣ ਲਈ ਵਾਪਸ ਘੱਲਿਆ। ਇੱਕ ਇਹਨਾਂ ਨੂੰ ਨਗਾਰਾ ਦਿੱਤਾ ਜੀ, 5 ਤੀਰ ਦਿੱਤੇ ਤੇ 5 ਸਿੱਖਾਂ ਦਾ ਇਹਨਾਂ ਨੂੰ ਨੇਤਾ ਬਣਾ ਦਿੱਤਾ। ਕਹਿੰਦੇ ਵੀ ਅੱਜ ਤੋਂ ਬਾਅਦ ਤੂੰ ਗੁਰੂ ਕਾ ਬੰਦਾ ਹੈ, ਠੀਕ ਹੈ, ਤੇ ਤੂੰ ਜਾ ਤੇ ਬਦਲਾ ਲੈ। ਤਾਂ ਇਹ ਪੰਜਾਬ ਆਏ ਜੀ। ਪੰਜਾਬ ਵਿੱਚ ਆ ਕੇ ਇਹਨਾਂ ਨੇ ਜੀ ਜੋ ਇਲਾਕੇ ਸੀਗੇ ਜਿੱਥੇ ਕਿ ਮੁਗਲਾਂ ਨੇ ਰਾਜ ਕਰੀ ਜਾਂਦੇ ਸੀ, ਉਹਨਾਂ ਨੂੰ ਜੋ ਛੋਟੇ ਛੋਟੇ ਇਲਾਕੇ ਪਹਿਲਾਂ ਉਹਨਾਂ ਦੇ ਉੱਤੇ ਇਹਨਾਂ ਨੇ ਵਾਰ ਕੀਤਾ ਜੀ, ਉਹਨਾਂ ਨੂੰ ਆਪਦੇ ਕਬਜ਼ੇ ਵਿੱਚ ਲਿਆ। ਤਾਂ ਹੌਲੀ ਹੌਲੀ ਕਰਕੇ ਇਹਨਾਂ ਨੇ ਇੱਕ ਵੱਡਾ ਰਾਜਕਾਜ ਬਣਾ ਲਿਆ ਸੀਗਾ। ਜੋ ਵਜ਼ੀਰ ਖਾਨ ਸੀਗਾ ਜੀ, ਇਹਨਾਂ ਨੂੰ ਵੀ ਇਹਨਾਂ ਨੇ ਚੱਪੜ ਚਿੜੀ ਦੀ ਲੜਾਈ ਦੇ ਵਿੱਚ ਮਾਰ ਦਿੱਤਾ ਸੀਗਾ, ਜੋ ਕਿ 1710 ਨੂੰ ਹੋਈ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਰਾਜਪਾਠ ਇਹਨਾਂ ਨੇ ਸਾਂਭ ਲਿਆ ਜੀ, ਤਾਂ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਜਾਰੀ ਕੀਤੀ ਇਹਨਾਂ ਨੇ ਜੀ। ਇਹਨਾਂ ਨੇ ਸਰਕਾਰੀ ਕੰਮਾਂ ਦੇ ਲਈ ਜੀ ਫਾਰਸੀ ਭਾਸ਼ਾ ਨੂੰ ਲਾਗੂ ਕੀਤਾ ਜੀ। ਮੁਖਲਿਸ ਪਿਰ ਨੂੰ ਆਪਦੀ ਇਹਨਾਂ ਨੇ ਰਾਜਧਾਨੀ ਬਣਾ ਲਿਆ ਜੀ, ਤੇ ਜਿਹਦਾ ਨਾਮ ਬਾਅਦ ਦੇ ਵਿੱਚ ਇਹਨਾਂ ਨੇ ਜੀ ਲੋਹਗੜ੍ਹ ਰੱਖ ਦਿੱਤਾ। ਇਹਨਾਂ ਨੇ ਇੱਕ ਸਲੋਗਨ ਦਿੱਤਾ ਸੀ ਦੇਗ ਤੇਗ ਫਤਿਹ ਦਾ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜੀ ਕਿ ਬਹਾਦਰ ਸ਼ਾਹ ਸੀਗਾ ਜੀ, ਜੋ ਉਹਨੇ ਜਦੋਂ ਜੀ ਬੰਦਾ ਸਿੰਘ ਬਹਾਦਰ ਦੇ ਕਿੱਸੇ ਸੁਣੇ ਸੀਗੇ ਤਾਂ ਉਹ ਕਹਿੰਦਾ ਵੀ ਇਹਨੂੰ ਫੜਨਾ ਪਊਗਾ, ਇਸ ਨੂੰ ਕਿਵੇਂ ਨਾ ਕਿਵੇਂ ਮਾਰੋ ਜਾਂ ਇਸ ਨੂੰ ਕਿੱਦਾਂ ਵੀ ਕਰੋ, ਨਹੀਂ ਇਹ ਆਪਣੇ ਲਈ ਖਤਰਨਾਕ ਹੋ ਸਕਦਾ ਜੀ। ਤਾਂ ਜੀ ਉਹਨਾਂ ਨੇ ਹਰ ਪਾਸੇ ਮੁਗਲ ਫੌਜਾਂ ਲਾਤੀਆਂ ਸੀਗੀਆਂ ਇਹਨਾਂ ਨੂੰ ਮਰਵਾਉਣ ਦੇ ਲਈ, ਬੰਦਾ ਸਿੰਘ ਬਹਾਦਰ ਜੀ ਨੂੰ। ਤੇ ਆਖਿਰ ਦੇ ਵਿੱਚ ਆ ਕੇ ਜੀ ਫਾਰੂਕ ਸ਼ੀਰ ਸੀਗਾ ਜੀ, ਜੋ ਉਸ ਨੇ ਬੰਦਾ ਸਿੰਘ ਬਹਾਦਰ ਜੀ ਨੂੰ 1715 ਦੇ ਵਿੱਚ ਬੰਦੀ ਬਣਾ ਲਿਆ ਸੀਗਾ ਜੀ। ਇਹਨਾਂ ਨੂੰ ਤਸੀਹੇ ਦਿੱਤੇ ਗਏ ਜੀ, ਇਹਨਾਂ ਦੇ ਸਾਹਮਣੇ ਇਹਨਾਂ ਦੇ ਬੇਟੇ ਦੀ ਡੈਥ ਕੀਤੀ ਗਈ ਜੀ ਤਾਂ ਕਿ ਇਹ ਇਸਲਾਮ ਧਰਮ ਕਬੂਲ ਲੈਣ ਮੌਤ ਦੇ ਡਰ ਨਾਲ। ਪਰ ਇਹ ਨਹੀਂ ਬਦਲੇ ਜੀ, ਇਹ ਡਿੱਗ ਰਹੇ ਆਪਣੀ ਗੱਲ ਉੱਤੇ, ਤੇ ਇਹਨਾਂ ਨੇ ਆਪਦਾ ਧਰਮ ਨਹੀਂ ਬਦਲਿਆ ਜੀ ਇਹਨਾਂ ਨੂੰ। ਤੇ ਫਿਰ ਜੀ 1716 ਦੇ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜੀ। ਤਾਂ ਇਹ ਆਪਣੇ ਬੰਦਾ ਸਿੰਘ ਬਹਾਦਰ ਜੀ ਬਾਰੇ ਸੀਗੇ। ਇਸ ਤੋਂ ਬਾਅਦ ਆਪਾਂ ਪੜਾਂਗੇ ਜੀ ਦਲ ਖਾਲਸਾ। ਤੁਸੀਂ ਇਹਨਾਂ ਨੂੰ ਲਿਖੋ ਜੀ, ਆਪਾਂ ਉਸ ਤਾਂ ਜੀ ਦਲ ਖਾਲਸਾ ਕਰਦੇ ਹਾਂ, ਠੀਕ ਹੈ ਜੀ। ਆਪਾਂ ਹੀ ਕਰ ਚੁੱਕੇ ਹਾਂ ਜੀ ਕਿ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਜੀ, ਤੇ ਅੱਗੇ ਆਉਣਗੇ ਜੀ ਦਲ ਖਾਲਸਾ। ਦਲ ਖਾਲਸਾ ਕੀ ਸੀਗਾ ਜੀ, ਕਿੱਦਾਂ ਉੱਭਰਿਆ ਜੀ ਇਹ, ਆਪਾਂ ਇਹਨਾਂ ਬਾਰੇ ਗੱਲ ਕਰਦੇ ਹਾਂ ਦਲ ਖਾਲਸਾ ਬਾਰੇ। ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਜੀ ਤਾਂ ਸਿੱਖਾਂ ਦੀ ਅਗਵਾਈ ਕਰਨ ਵਾਲਾ ਜੀ ਕੋਈ ਵੀ ਤਕੜਾ ਨੇਤਾ ਨਹੀਂ ਬਚਿਆ ਸੀਗਾ ਜੀ। ਕੋਈ ਵੀ ਇਹੋ ਜਿਹਾ ਨੇਤਾ ਨਹੀਂ ਸੀਗਾ ਜੀ ਜੋ ਕਿ ਸਿੱਖਾਂ ਲਈ ਮੋਢੀ ਬਣ ਸਕਦਾ, ਮਤਲਬ ਕਿ ਸਿੱਖਾਂ ਦੀ ਕਮਾਨ ਨੂੰ ਸਾਂਭ ਸਕਦਾ ਜੀ, ਠੀਕ ਹੈ। ਤਾਂ ਕੀ ਹੋਇਆ ਜੀ, ਸਿੱਖਾਂ ਨੇ ਜੀ ਹੌਲੀ ਹੌਲੀ ਅੰਮ੍ਰਿਤਸਰ ਨੂੰ ਛੁਡਾ ਲਿਆ ਸੀਗਾ ਜੀ। ਅੰਮ੍ਰਿਤਸਰ ਨੂੰ ਛੁਡਾ ਕੇ ਜੀ ਉੱਥੇ ਅਦਾਲਤ ਵਗੈਰਾ ਲਗਾਉਣ ਲੱਗ ਗਏ ਸੀ, ਕਚਹਿਰੀ ਵਗੈਰਾ ਲੱਗਣ ਲੱਗ ਗਈ ਸੀਗੀ ਸਿੱਖਾਂ ਦੀ, ਠੀਕ ਹੈ। ਤਾਂ ਉਸ ਤੋਂ ਬਾਅਦ ਜੀ ਹੌਲੀ ਹੌਲੀ ਸੰਗਠਨ ਬਣਦੇ ਗਏ ਜੀ। ਜੋ ਸਭ ਤੋਂ ਪਹਿਲਾਂ ਸੰਗਠਨ ਬਣਿਆ ਜੀ ਉਹਨਾਂ ਨੂੰ ਨਾਮ ਦਿੱਤਾ ਗਿਆ ਸੀਗਾ ਜੀ ਸਰਬੱਤ ਖਾਲਸਾ, ਠੀਕ ਹੈ। ਸਭ ਤੋਂ ਪਹਿਲਾਂ ਸੰਗਠਨ ਬਣੇ ਉਹਨਾਂ ਨੂੰ ਨਾਮ ਦਿੱਤਾ ਗਿਆ ਜੀ, ਸੰਗਠਨਾਂ ਨੂੰ ਨਾਮ ਦਿੱਤਾ ਗਿਆ ਸਰਬੱਤ, ਸੰਗਠਨਾਂ ਨੂੰ ਸਰਬੱਤ ਖਾਲਸਾ ਨਾਮ ਦਿੱਤਾ ਗਿਆ ਜੀ। ਇਹਨਾਂ ਨੇ ਕੀ ਕੀਤਾ ਜੀ ਕਿ ਹਰਿਮੰਦਰ ਸਾਹਿਬ ਦਾ ਕਾਰਜ ਭਾਈ ਮਣੀ ਸਿੰਘ ਜੀ ਨੂੰ ਸੌਂਪ ਦਿੱਤਾ ਜੀ।
ਇਹਨਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਜੀ ਭਾਈ ਮਨੀ ਸਿੰਘ ਜੀ ਨੂੰ ਪਾਠੀ ਲਾ ਦਿੱਤਾ ਜੀ ਕਿ ਅੱਜ ਤੋਂ ਬਾਅਦ ਤੁਸੀਂ ਹੀ ਸਾਡੇ ਜੋ ਹਰਿਮੰਦਰ ਸਾਹਿਬ ਹੈ ਇਹਨਾਂ ਦਾ ਕੰਮ ਕਾਜ ਦੇਖੋਗੇ। ਠੀਕ ਹੈ, ਤਾਂ ਇੱਦਾਂ ਕਰਕੇ ਇਹਨਾਂ ਦਾ ਜੀ ਕੰਮ ਚੱਲੀ ਗਿਆ ਜੀ। ਉਸ ਤੋਂ ਬਾਅਦ ਜੀ ਸਿੱਖਾਂ ਨੂੰ ਦਬਾਉਣ ਦੇ ਲਈ ਜੀ ਬਹੁਤ ਮੁਗਲ ਤੁਰੇ ਫਿਰਦੇ ਸੀ ਵੀ ਇਹਨਾਂ ਨੂੰ ਆਪਾਂ ਦਵਾਈਏ ਦਵਾਈਏ, ਪਰ ਜੀ ਕੋਈ ਵੀ ਇਹਨਾਂ ਦੀ ਬਾਂਹ ਨਹੀਂ ਚੱਲੀ। ਇੱਕ ਮੁਗਲ ਸੀਗਾ ਜੀ ਜਿਹਦਾ ਨਾਂ ਸੀਗਾ ਜ਼ਕਰੀਆ ਖਾਨ। ਜ਼ਕਰੀਆ ਖਾਨ ਨੇ ਜੀ ਕੀ ਕੀਤਾ, ਇਹਨਾਂ ਨੇ ਸਾਜਿਸ਼ ਰਚੀ, ਇਹ ਕਹਿੰਦੇ ਵੀ ਆਪਾਂ ਕਿਉਂ ਨਾ ਇਹਨਾਂ ਨੂੰ ਫਸਾ ਲਈਏ ਸਿੱਖਾਂ ਨੂੰ। ਤਾਂ ਇਹਨਾਂ ਨੇ ਜੀ 1733 ਈਸਵੀ ਦੇ ਵਿੱਚ ਜੀ 1733 ਈਸਵੀ ਵਿੱਚ ਜੀ ਜ਼ਕਰੀਆ ਖਾਨ ਨੇ ਜੀ ਸਿੱਖਾਂ ਨੂੰ ਜਗੀਰ ਦਿੱਤੀ ਜੀ। ਪਹਿਲਾਂ ਯਾਨੀ ਕਿ ਜ਼ਮੀਨ ਦਿੱਤੀ ਜੀ, ਜਗੀਰ ਦੇ ਦਿੱਤੀ, ਕਿਉਂਕਿ ਵੀ ਤਾਂ ਕਿ ਉਹ ਆਪਦਾ ਜੀ ਉੱਥੇ ਕੰਮ ਕਾਰ ਸ਼ੁਰੂ ਕਰ ਸਕਣ ਜੀ। ਜਦੋਂ ਇਹਨਾਂ ਨੂੰ ਜਗੀਰ ਦਿੱਤੀ ਜੀ ਤਾਂ ਜ਼ਕਰੀਆ ਖਾਨ ਨੇ ਫਿਲਹਾਲ ਪਹਿਲਾਂ ਤਾਂ ਇਹਨਾਂ ਦੇ ਸਾਥ ਦਿੱਤਾ ਵੀ ਪਹਿਲਾਂ ਇਹਨਾਂ ਦਾ ਸਾਥ ਦੇਣਾ ਫਿਰ ਇਹਨਾਂ ਨੂੰ ਆਪਾਂ ਚੱਕ ਦੇਵਾਂਗੇ ਜੀ। ਠੀਕ ਹੈ, ਜ਼ਕਰੀਆ ਖਾਨ ਨੇ ਜੀ ਸਿੱਖਾਂ ਨੂੰ ਜਗੀਰ ਦਿੱਤੀ ਜੀ ਤੇ ਇਹਨਾਂ ਨੇ ਜੀ ਜੋ ਸਿੱਖਾਂ ਦਾ ਮੁਖੀਆ ਸੀਗਾ ਜੀ ਉਸ ਨੂੰ ਨਵਾਬ ਦੀ ਉਪਾਧੀ ਦਿੱਤੀ ਜੀ। ਜੋ ਸਿੱਖਾਂ ਨੇ ਜੀ ਜਦੋਂ ਇਹਨਾਂ ਜਗੀਰ ਦਿੱਤੀ ਜੀ ਤਾਂ ਸਿੱਖਾਂ ਨੇ ਆਪਣਾ ਨੇਤਾ ਬਣਾਇਆ ਸੀਗਾ ਜੀ ਕਪੂਰ ਸਿੰਘ ਜੀ। ਤਾਂ ਆਪਾਂ ਲਿਖਦੇ ਜੀ ਕਿ ਸਿੱਖਾਂ ਨੇ ਆਪਣਾ ਨੇਤਾ ਜਾਂ ਮੁਖੀ ਕਪੂਰ ਸਿੰਘ ਨੂੰ ਚੁਣਿਆ ਜੀ ਤੇ ਜ਼ਕਰੀਆ ਖਾਨ ਨੇ ਜੀ ਇਹਨਾਂ ਨੂੰ ਨਵਾਬ ਦੀ ਉਪਾਧੀ ਦਿੱਤੀ। ਅੱਜ ਵੀ ਆਪਾਂ ਜਦੋਂ ਜੀ ਕਪੂਰ ਸਿੰਘ ਦਾ ਨਾਮ ਲੈਂਦੇ ਜੀ ਤਾਂ ਅੱਜ ਵੀ ਆਪਾਂ ਉਹਨਾਂ ਦੇ ਨਾਮ ਦੇ ਮੂਹਰੇ ਹਮੇਸ਼ਾ ਜੀ ਨਵਾਬ ਕਪੂਰ ਸਿੰਘ ਲਿਖਦੇ ਹਾਂ। ਠੀਕ, ਆਪਾਂ ਇਕੱਲਾ ਕਪੂਰ ਸਿੰਘ ਕਦੇ ਵੀ ਲਿਖਦੇ, ਆਪਾਂ ਨਵਾਬ ਕਪੂਰ ਸਿੰਘ ਲਿਖਦੇ ਹਾਂ। ਠੀਕ ਹੈ ਜੀ, ਹੁਣ ਕਪੂਰ ਸਿੰਘ ਨੂੰ ਜਦੋਂ ਇਹਨਾਂ ਨੇ ਮੁਖੀਆ ਬਣਾਤਾ ਜੀ ਤਾਂ ਕਪੂਰ ਸਿੰਘ ਨੇ ਕੰਮ ਕੀਤਾ ਜੀ। ਕਪੂਰ ਸਿੰਘ ਨੇ ਜੀ ਪਰ ਇਹਦਾ ਜੀ ਨਵਾਬ ਕਪੂਰ ਸਿੰਘ ਨੇ ਨਵਾਬ ਕਪੂਰ ਸਿੰਘ ਨੇ ਸੰਗਠਨ ਨੂੰ 2 ਹਿੱਸਿਆਂ ਵਿੱਚ ਵੰਡਤਾ ਜੀ। ਵੰਡ ਦਿੱਤਾ 2 ਹਿੱਸੇ ਦੇ ਕਿਹੜੇ ਕਿਹੜੇ ਕੀਤੇ ਸੀਗੇ? ਪਹਿਲਾ ਸੀਗਾ ਜੀ ਬੁੱਢਾ ਦਲ, ਠੀਕ ਹੈ, ਜੋ ਬੁੱਢਾ ਦਲ ਇਹਨਾਂ ਨੇ ਜੀ ਬਣਾਇਆ। ਠੀਕ ਹੈ ਜੀ, ਇੱਕ ਸੀਗਾ ਜੀ ਤਰੁਣਾ ਦਲ, 2 ਇਹਨਾਂ ਨੇ ਦਲ ਬਣਾਤੇ ਸੀਗੇ ਜੀ। ਜੋ ਕਿ ਬੁੱਢਾ ਦਲ ਸੀਗਾ ਜੀ ਇਹਨਾਂ ਨੂੰ ਕੰਮ ਕੀ ਸੌਂਪਿਆ ਗਿਆ, ਇਹਨਾਂ ਨੂੰ ਕੰਮ ਸੌਂਪਿਆ ਗਿਆ ਸੀ ਕਿ ਗੁਰਦੁਆਰਿਆਂ ਦੀ ਦੇਖਭਾਲ ਕਰਨਾ ਜੀ। ਠੀਕ ਹੈ ਜੀ, ਤੇ ਇੱਕ ਇਹਨਾਂ ਨੂੰ ਕੰਮ ਸੌਂਪਿਆ ਗਿਆ ਸੀਗਾ ਕਿ ਤੁਸੀਂ ਜੋ ਵੀ ਤਰੁਣਾ ਦਲ ਦੇ ਸਦੱਸਿਆ ਹੈਗੇ ਨੇ ਜੀ ਉਹਨਾਂ ਨੂੰ ਉਹਨਾਂ ਦੀ ਸਹੀ ਅਗਵਾਈ ਕਰਨਾ ਤੇ ਉਹਨਾਂ ਨੂੰ ਜੀ ਸਿਖਾਉਣਾ ਜੀ ਵੀ ਉਹਨਾਂ ਨੇ ਕੀ ਕੰਮ ਕਰਨੇ ਹੈਗੇ ਨੇ। ਤਾਂ ਬੁੱਢਾ ਦਲ ਨੂੰ ਇਹ ਕੰਮ ਸੌਂਪਿਆ ਗਿਆ ਤੇ ਜੋ ਆਪਣੇ ਜੀ ਤਰੁਣਾ ਦਲ ਦੇ ਸਦੱਸਿਆ ਸੀਗੇ ਜੀ ਉਹਨਾਂ ਨੂੰ ਕੰਮ ਸੌਂਪੇ ਗਏ ਸੀਗੇ ਜੀ ਕਿ ਕੋਈ ਵੀ ਜਦੋਂ ਜੀ ਫੌਜੀਆਂ ਦੇ ਉੱਤੇ ਹਮਲੇ ਦੀ ਜਾਣੀ ਕਿ ਫੌਜ ਆ ਕੋਈ ਵੀ ਬਾਹਰ ਲਾਈ ਫੌਜੀ ਉਹਨਾਂ ਦੇ ਉੱਤੇ ਹਮਲਾ ਕਰਦੇ ਤਾਂ ਉਹਨਾਂ ਨਾਲ ਉਹਨਾਂ ਨੇ ਲੜਨਾ ਹੈਗਾ ਜੀ, ਉਹਨਾਂ ਨੇ ਉਹਨਾਂ ਨਾਲ ਨਜਿੱਠਣਾ ਜੀ। ਠੀਕ ਹੈ, ਤਾਂ ਬੁੱਢਾ ਦਲ ਨੂੰ ਜੀ ਕੀ ਕੰਮ ਸੌਂਪਿਆ ਗਿਆ ਜੀ, ਇਹਨਾਂ ਨੂੰ ਕੰਮ ਸੌਂਪਿਆ ਗਿਆ ਜੀ ਇਹਨਾਂ ਦਾ ਕੰਮ ਗੁਰਦੁਆਰਾ ਦੀ ਸੰਭਾਲ ਕਰਨੀ ਤਰੁਣਾ ਦਲ ਨੂੰ ਸਹੀ ਅਗਵਾਈ
ਦੇਣੀ ਅਤੇ ਉਹਨਾਂ ਨੂੰ ਸਿਖਾਉਣਾ। ਇਹਦੇ ਵਿੱਚ ਜ਼ਿਆਦਾਤਰ ਜੀ ਵਡੇਰੀ ਉਮਰ ਦੇ ਬੰਦੇ ਸੀਗੇ, ਠੀਕ ਹੈ, ਯਾਨੀ ਕਿ ਵੱਡੀ ਉਮਰ ਦੇ ਬੰਦੇ ਇਹਨਾਂ ਵਿੱਚ ਰੱਖੇ ਹੋਏ ਸੀਗੇ, ਕਿਉਂਕਿ ਨਾਮ ਤੋਂ ਪਤਾ ਲੱਗ ਜਾਂਦਾ ਆਪਾਂ ਨੂੰ ਬੁੱਢਾ ਦਲ। ਦੂਸਰਾ ਸੀਗਾ ਤਰੁਣਾ ਦਲ। ਤਰੁਣਾ ਦਲ ਦੇ ਵਿੱਚ ਸੀਗੇ ਜੀ ਇਹਨਾਂ ਦਾ ਕੰਮ ਫੌਜੀ ਲੜਾਈਆਂ ਨਾਲ ਨਜਿੱਠਣਾ ਸੀ। ਯਾਨੀ ਕਿ ਕੋਈ ਵੀ ਹਮਲਾ ਹੁੰਦਾ ਜੀ ਤਾਂ ਉਹਨਾਂ ਨਾਲ ਲੜਾਈ ਕਰਨ ਦਾ ਕੰਮ ਤੁਰਨਾ ਦਲ ਦੇ ਸਦੱਸਿਆਂ ਦਾ ਸੀਗਾ ਜੀ, ਠੀਕ ਹੈ। ਤਾਂ ਇੱਦਾਂ ਕੰਮ ਚੱਲਿਆ ਜੀ, ਨਵਾਬ ਕਪੂਰ ਸਿੰਘ ਜੀ ਨੇ ਦੋ ਦਲ ਬਣਾ ਦਿੱਤੇ। ਉਸ ਤੋਂ ਬਾਅਦ ਜੀ ਕੀ ਹੋਇਆ, ਜੋ ਨਵਾਬ ਕਪੂਰ ਸਿੰਘ ਸੀਗਾ ਤੇ ਜੱਸਾ ਸਿੰਘ ਆਹਲੂਵਾਲੀਆ ਸੀਗਾ ਜੀ, ਉਹਨਾਂ ਨੇ ਜਕਰੀਆ ਖਾਨ ਦਾ ਜੋ ਇਹ ਜੋ ਉਹਨਾਂ ਨਾਲ ਵਰਤਾਰਾ ਚੱਲ ਰਿਹਾ ਸੀਗਾ ਜੀ, ਠੀਕ ਹੈ ਜੀ, ਤਾਂ ਉਹਦਾ ਪੂਰਾ ਪੂਰਾ ਫਾਇਦਾ ਚੱਕਿਆ ਜੀ, ਕਿਉਂਕਿ ਅੰਦਰੋਂ ਅੰਦਰ ਇਹ ਵੀ ਜਾਣਦੇ ਸੀਗੇ ਕਿ ਜੋ ਜਕਰੀਆ ਖਾਨ ਹੈ ਜੀ ਇਹਨਾਂ ਨੂੰ ਖਤਮ ਕਰਨਾ ਚਾਹੁੰਦਾ ਗਾ। ਇਹਦਾ ਜਦੋਂ ਜ਼ੋਰ ਨਹੀਂ ਚੱਲਿਆ ਸਿੱਖਾਂ ਦੇ ਉੱਤੇ ਤਾਂ ਇਹ ਪਿਆਰ ਨਾਲ ਇਹਨਾਂ ਨੂੰ ਪਹਿਲਾਂ ਆਪਦੇ ਕੋਲ ਬੁਲਾਈ ਜਾਂਦਾ ਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕਦਮ ਪਿਛਾਂ ਸੁੱਟਣ ਦੀ ਕੋਸ਼ਿਸ਼ ਕਰੂਗਾ, ਠੀਕ ਹੈ। ਤਾਂ ਨਵਾਬ ਕਪੂਰ ਸਿੰਘ ਸੀਗਾ ਤੇ ਜੋ ਆਪਣੇ ਜੱਸਾ ਸਿੰਘ ਆਹਲੂਵਾਲੀਆ ਸੀਗੇ ਉਹਨਾਂ ਨੂੰ ਇਹਨਾਂ ਇਸ ਗੱਲ ਦਾ ਪਹਿਲਾਂ ਤੋਂ ਹੀ ਪਤਾ ਸੀਗਾ। ਇਹਨਾਂ ਨੇ ਕੀ ਕੀਤਾ ਜੀ, ਜਕਰੀਆ ਖਾਨ ਨੇ ਨਾ 1735 ਦੇ ਵਿੱਚ ਜੋ ਸੰਧੀ ਸੀਗੀ ਜੀ, 1735 ਈਸਵੀ ਵਿੱਚ ਸੰਧੀ ਭੰਗ ਕਰਤੀ ਜੀ। ਸੰਧੀ ਇਹਨਾਂ ਨੇ ਜਦੋਂ ਤੋੜਤੀ ਤਾਂ ਇਹਨੇ ਕੀ ਕੀਤਾ ਜੀ, ਜੋ ਸਰਬੱਤ ਖਾਲਸਾ ਨਾਂ ਦਾ ਸੰਗਠਨ ਬਣਿਆ ਹੋਇਆ ਸੀਗਾ ਜੀ, ਇਹਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਜੀ, ਠੀਕ ਹੈ ਜੀ। ਜੋ 1735 ਈਸਵੀ ਵਿੱਚ ਸੰਧੀ ਭੰਗ ਕਰਤੀ, ਸੰਧੀ ਭੰਗ ਕੀਤੀ ਗਈ, ਠੀਕ ਹੈ, ਕਿਸਨੇ ਕੀਤੀ ਜੀ, ਇਹ ਕੀਤੀ ਸੀਗੀ ਜਕਰੀਆ ਖਾਨ ਨੇ, ਜਕਰੀਆ ਖਾਨ ਦੁਆਰਾ, ਠੀਕ ਹੈ ਜੀ। ਅਤੇ ਸਰਬੱਤ ਖਾਲਸਾ ਸੰਗਠਨ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਜੀ। ਘੋਸ਼ਿਤ ਕਰ ਦਿੱਤਾ ਗਿਆ ਜੀ। ਉਸਨੇ ਕਿਹਾ ਕਿ ਜੋ ਸਰਬੱਤ ਖਾਲਸਾ ਦਾ ਉਸਦਾ ਕੋਈ ਅਸਤਿਤਵ ਹੀ ਹੈ ਨਹੀਂ ਗਾ, ਇਸ ਨੂੰ ਬੰਦ ਕੀਤਾ ਜਾਵੇ, ਠੀਕ ਹੈ ਜੀ। ਤਾਂ ਜੋ ਵੀ ਇਹਨਾਂ ਦਾ ਬੰਦਾ ਮਿਲਦਾ ਸੀਗਾ ਜੀ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਸੀਗਾ ਮੋਸਟਲੀ। ਉਸ ਤੋਂ ਜੀ ਕੀ ਹੋਇਆ, 1735 ਤੋਂ ਬਾਅਦ ਜਦੋਂ ਸੰਧੀ ਭੰਗ ਕਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਜੀ ਜੋ ਮਣੀ ਸਿੰਘ ਜੀ ਸੀਗੇ ਜੀ ਪਾਠੀ ਬਿਠਾਏ ਹੋਏ ਸੀਗੇ ਜੀ ਹਰਿਮੰਦਰ ਸਾਹਿਬ ਦੇ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜੀ ਜਕਰੀਆ ਖਾਨ ਦੀ ਫੌਜ ਦੁਆਰਾ। ਤਾਂ ਇਸ ਗੱਲ ਨੇ ਜੀ ਜੋ ਸਿੱਖ ਸਮਾਜ ਸੀਗਾ ਇਹਨਾਂ ਦੇ ਮਨ ਦੇ ਵਿੱਚ ਬਹੁਤ ਹੀ ਰੋਸ ਭਰਤਾ ਜੀ, ਬਹੁਤ ਗੁੱਸੇ ਹੋ ਗਏ। ਇਹ ਬਦਲਾ ਲੈਂਦੇ ਤਾਂ ਉਹਦੇ ਤੋਂ ਪਹਿਲੇ ਹੀ ਪੰਜਾਬ ਦੇ ਉੱਤੇ ਨਾਦਰ ਸ਼ਾਹ ਨੇ ਹਮਲਾ ਕਰ ਦਿੱਤਾ ਜੀ 1738 ਨੂੰ। ਨਾਦਰ ਸ਼ਾਹ ਨੇ 1738 ਨੂੰ ਪੰਜਾਬ ਉੱਪਰ ਹਮਲਾ ਕਰਤਾ ਜੀ। ਹਮਲਾ ਕੀਤਾ ਜੀ ਤਾਂ ਪੰਜਾਬ ਦੇ ਜੋ ਸਿੱਖ ਸੀਗੇ ਜੀ ਉਦੋਂ ਉਹਨਾਂ ਨੇ ਵੀ ਜੀ ਡਟ ਕੇ ਮੁਕਾਬਲਾ ਕੀਤਾ। ਜਿੰਨਾ ਕੁ ਨੁਕਸਾਨ ਇਹਨਾਂ ਨੇ ਕੀਤਾ ਸੀਗਾ ਜੀ ਤਾਂ ਸਿੱਖਾਂ ਨੇ ਜੀ ਇਹਨਾਂ ਤੋਂ ਉਹਨਾਂ ਘਰ ਲੁੱਟ ਖੋਹ ਕਰ ਲਈ ਸੀਗੀ। ਤਾਂ ਨਾਦਰ ਸ਼ਾਹ ਨੂੰ ਪਤਾ ਲੱਗ ਗਿਆ ਸੀਗਾ ਕਿ ਜੀ ਸਿੱਖ ਸਮਾਜ ਹੈ ਜੀ ਬਹੁਤ ਹੀ ਤਾਕਤਵਰ ਹੈ, ਤੇ ਇਸ ਨੇ ਜੀ ਜਾਂਦਾ ਜਾਂਦਾ ਜੀ ਜਦੋਂ ਪੰਜਾਬ ਤੋਂ ਗਿਆ ਗਾ ਇਹ ਜਕਰੀਆ ਖਾਨ ਨੂੰ ਕਿਹਾ ਗਿਆ ਸੀਗਾ, ਕਹਿੰਦਾ ਵੀ ਜੇ ਤੂੰ ਆਪਦਾ ਰਾਜ ਭਾਗ ਬਚਾਉਣਾ ਨਾ ਇਹਨਾਂ ਨੂੰ ਮਾਰ ਦੇ, ਕਹਿੰਦਾ ਸਿੱਖਾਂ ਨੂੰ, ਨਹੀਂ ਕਹਿੰਦਾ ਤੇਰਾ ਸਾਰਾ ਕੁਛ ਖੋਹ ਲੈਣਗੇ ਇਹ। ਤਾਂ ਜਕਰੀਆ ਖਾਨ ਨੇ ਇਹਦੀ ਗੱਲ ਨੂੰ ਯਾਦ ਰੱਖੀ
ਤਾਂ ਜ਼ਕਰੀਆ ਖਾਨ ਨੇ ਜਦੋਂ ਗੱਲ ਨੂੰ ਯਾਦ ਰੱਖੀ ਜੀ ਤਾਂ ਜ਼ਕਰੀਆ ਖਾਨ ਨੇ ਕੀ ਕੀਤਾ ਜੀ, ਜ਼ਕਰੀਆ ਖਾਨ ਨੇ ਲਾਹੌਰ ਦੀ ਘੋੜਾ ਮੰਡੀ ਦੇ ਵਿੱਚ ਜੀ ਸਿੱਖਾਂ ਦੇ ਸਰ ਕਲਮ ਕਰਾ ਦਿੱਤੇ ਸੀਗੇ। ਠੀਕ ਹੈ ਜੀ, ਤਾਂ ਉਸ ਜਗ੍ਹਾ ਦਾ ਨਾਮ ਆ ਜੀ ਸ਼ਹੀਦ ਗੰਜ ਹੈਗਾ ਲਾਹੌਰ ਵਿਖੇ ਆ ਜੀ। ਤਾਂ ਉਰੇ ਆਪਾਂ ਲਿਖਾਂਗੇ ਜੀ ਜ਼ਕਰੀਆ ਖਾਨ ਨੇ ਲਾਹੌਰ ਦੀ ਘੋੜਾ ਮੰਡੀ ਵਿਖੇ ਸਿੱਖਾਂ ਦੇ ਸਿਰ ਵਡਵਾ ਦਿੱਤੇ ਸੀਗੇ। ਜਿਸ ਨੂੰ ਅੱਜ ਸ਼ਹੀਦ ਗੰਜ ਕਿਹਾ ਜਾਂਦਾ ਹੈ। ਠੀਕ ਹੈ ਜੀ, ਦਲ ਖਾਲਸਾ ਦਾ ਇੱਕ ਪੇਜ ਹੋਰ ਆਪਾਂ ਲਿਖਾਂਗੇ ਜੀ। ਇੱਕ ਵਾਰੀ ਇਹਨੂੰ ਆਪਾਂ ਰਿਵਾਈਜ਼ ਕਰਦੇ ਹਾਂ। ਸੰਗਠਨਾਂ ਨੂੰ ਜੀ ਸਰਬੱਤ ਖਾਲਸਾ ਦਾ ਨਾਮ ਦਿੱਤਾ ਗਿਆ ਜੀ, ਕਿਉਂਕਿ ਬੰਦਾ ਸਿੰਘ ਬਹਾਦਰ ਜੀ ਦੀ ਡੈਥ ਤੋਂ ਬਾਅਦ ਜੀ ਜੋ ਸਿੱਖ ਸੀਗਾ ਜੀ ਇਹਨਾਂ ਦਾ ਕੋਈ ਵੀ ਅਜਿਹਾ ਮੁਖੀਆ ਹੈ ਨਹੀਂ ਸੀਗਾ ਜੀ ਜਿਹੜਾ ਕਿ ਇਹਨੂੰ ਰਾਹ ਦੇ ਉੱਤੇ ਲਿਆ ਸਕਦਾ ਸੀਗਾ ਜੀ। ਠੀਕ ਹੈ ਜੀ, ਤਾਂ ਇੱਕ ਇਸ ਨੇ ਜੀ ਲੋਕ ਲਹਿਰ ਦਾ ਨਾਮ ਲੈ ਲਿਆ ਸੀਗਾ ਜੀ, ਜਾਣੀ ਕਿ ਕੋਈ ਜ਼ਿਆਦਾ ਬੰਦੇ ਨਹੀਂ ਸੀਗੇ ਜੀ, ਕਿਉਂਕਿ ਜਦੋਂ ਬੰਦਾ ਸਿੰਘ ਬਹਾਦਰ ਸੀਗੇ ਤਾਂ ਇਹਨਾਂ ਨਾਲ ਬਹੁਤ ਹੀ ਜਣੇ ਜੁੜ ਗਏ ਸੀਗੇ। ਤਾਂ ਹੁਣ ਜੀ ਇੰਨੇ ਜਣੇ ਨਹੀਂ ਸੀਗੇ ਜੀ, ਹੁਣ ਬਸ ਇੱਕ ਸੀਗਾ ਜੀ ਉਹਨਾਂ ਨਾਲ ਸੀਗੇ 10-12, ਉਦਾਂ ਇਹਨਾਂ ਦੇ ਕਲੇਸ਼ ਚੱਲਦੇ ਰਹਿੰਦੇ ਸੀ। ਬਟ ਉਸ ਤੋਂ ਬਾਅਦ ਜੀ ਜਿਵੇਂ ਜਿਵੇਂ ਇਹਨਾਂ ਨੇ ਹਰਿਮੰਦਰ ਸਾਹਿਬ ਦੇ ਹਰਿਮੰਦਰ ਸਾਹਿਬ ਉੱਤੇ ਆ ਗਏ ਜੀ ਇਹ, ਉੱਥੇ ਇਹਨਾਂ ਨੇ ਜੀ ਕੀ ਕੀਤਾ, ਜੋ ਭਾਈ ਮਣੀ ਸਿੰਘ ਜੀ ਸੀਗੇ ਜੀ ਇਹਨਾਂ ਨੂੰ ਕਾਰਜ ਲਈ ਬਿਠਾ ਤਾ ਜੀ, ਪਾਠੀ ਬਣਾ ਕੇ ਦਿੱਤਾ ਜੀ। ਠੀਕ ਹੈ, 1733 ਈਸਵੀ ਦੇ ਵਿੱਚ ਜਿੱਦਾਂ ਹੀ ਜੀ ਜ਼ਕਰੀਆ ਖਾਨ ਨੇ ਸਿੱਖਾਂ ਨੂੰ ਜਗੀਰ ਦੇ ਦਿੱਤੀ, ਕਹਿੰਦਾ ਇਹਨਾਂ ਨੂੰ ਇੱਦਾਂ ਤਾਂ ਦਬਾ ਨਹੀਂ ਸਕਦਾ ਆਪਾਂ ਗੁੱਸੇ ਨਾਲ, ਤਾਂ ਆਪਾਂ ਇਹਨਾਂ ਨੂੰ ਪਿਆਰ ਨਾਲ ਨਜਿੱਠਾਂਗੇ ਇਹਨਾਂ ਨਾਲ। ਤਾਂ ਇਹਨਾਂ ਨੇ ਇਹਨਾਂ ਨੂੰ ਜਗੀਰ ਦਿੱਤੀ ਜੀ, ਤਾਂ ਸਿੱਖਾਂ ਨੇ ਆਪਣਾ ਨੇਤਾ ਜੀ ਨੇਤਾ ਜਾਂ ਮੁਖੀਆ ਜੀ ਕਪੂਰ ਸਿੰਘ ਨੂੰ ਬਣਾ ਦਿੱਤਾ ਜੀ। ਤਾਂ ਜ਼ਕਰੀਆ ਖਾਨ ਨੇ ਵੀ ਕੀ ਕੀਤਾ ਜੀ, ਇਹਨਾਂ ਨੂੰ ਉਪਾਧੀ ਦੇ ਦਿੱਤੀ, ਵੀ ਕਹਿੰਦੇ ਵੀ ਮੈਂ ਵੀ ਇਹਨਾਂ ਨੂੰ ਉਪਾਧੀ ਦੇਣਾ ਚਾਹੁੰਦਾ ਗਾ, ਤਾਂ ਉਹਨਾਂ ਨੇ ਇਹਨਾਂ ਨੂੰ ਨਵਾਬ ਦੀ ਉਪਾਧੀ ਦਿੱਤੀ ਜੀ। ਤਾਂ ਜਿਹਨਾਂ ਕਰਕੇ ਅੱਜ ਵੀ ਆਪਾਂ ਇਹਨਾਂ ਨੂੰ ਨਵਾਬ ਕਪੂਰ ਸਿੰਘ ਦੇ ਨਾਮ ਨਾਲ ਹੀ ਜਾਣਦੇ ਜੀ। ਨਵਾਬ ਕਪੂਰ ਸਿੰਘ ਨੇ ਜੀ ਸੰਗਠਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜੀ, ਇੱਕ ਤਾਂ ਸੀਗਾ ਜੀ ਬੁੱਢਾ ਦਲ, ਦੂਜਾ ਸੀਗਾ ਜੀ ਤਰੁਣਾ ਦਲ। ਬੁੱਢਾ ਦਲ ਦਾ ਕੰਮ ਕੀ ਸੀਗਾ ਜੀ, ਬੁੱਢਾ ਦਲ ਦੇ ਵਿੱਚ ਮੋਸਟਲੀ ਜ਼ਿਆਦਾ ਵੱਡੀ ਉਮਰ ਦੇ ਸਦੱਸਿਆ ਸੀਗੇ ਜਿਹੜੇ ਸ਼ਾਮਿਲ ਕੀਤੇ ਗਏ ਸੀਗੇ। ਇਹਨਾਂ ਦਾ ਕੰਮ ਸੀਗਾ ਜੀ ਗੁਰਦੁਆਰੇ ਸੰਭਾਲ ਕਰਨਾ, ਤਰੁਣਾ ਦਲ ਦੇ ਜੋ ਵੀ ਸਦੱਸਿਆ ਹੈਗੇ ਜੀ ਉਹਨਾਂ ਨੂੰ ਸਹੀ ਅਗਵਾਈ ਦੇਣਾ, ਤੇ ਨਾਲ ਹੀ ਜੀ ਇਹਨਾਂ ਨੂੰ ਸਿਖਾਉਣਾ ਜੀ, ਸਿਖਾਉਣਾ ਸੀਗਾ ਜਿਵੇਂ ਕਿ ਕੋਈ ਵੀ ਲੜਾਈ ਪੜ੍ਹਾਈ ਦਾ ਹੋਗਾ ਜੀ। ਠੀਕ ਆ, ਅਸਤਰ ਸ਼ਸਤਰ ਚਲਾਉਣੇ ਸੀਗੇ। ਤਰੁਣਾ ਦਲ ਦੇ ਸਦੱਸਿਆਂ ਦਾ ਕੰਮ ਸੀਗਾ ਜੀ ਕਿ ਫੌਜੀ ਲੜਾਈਆਂ ਜੋ ਵੀ ਹੋਣ ਜੀ ਉਹਨਾਂ ਨਾਲ ਨਜਿੱਠਣਾ ਸੀਗਾ ਜੀ। 1735 ਈਸਵੀ ਦੇ ਵਿੱਚ ਜੀ ਜ਼ਕਰੀਆ ਖਾਨ ਨੇ ਸੰਧੀ ਭੰਗ ਕੀਤੀ ਤੇ ਇਹਨੇ ਸਰਬੱਤ ਖਾਲਸਾ ਨੂੰ ਜੀ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ। ਉਸ ਤੋਂ ਜੀ ਭਾਈ ਮਣੀ ਸਿੰਘ ਜੀ ਦਾ ਮਣੀ ਸਿੰਘ ਜੀ ਨੂੰ ਜਦੋਂ ਜੀ ਸ਼ਹੀਦ ਕੀਤਾ ਗਿਆ ਤਾਂ ਜੋ ਸਿੱਖ ਸਮਾਜ ਸੀਗਾ ਗੁੱਸੇ ਵਿੱਚ ਸੀਗਾ ਜੀ, ਇਹ ਜ਼ਕਰੀਆ ਖਾਨ ਨਾਲ ਲੜਦਾ ਹੀ ਸੀਗਾ ਕਿ ਉਦੋਂ ਹੀ ਪੰਜਾਬ ਦੇ ਉੱਤੇ 1738 ਦੇ ਵਿੱਚ ਨਾਦਰ ਸ਼ਾਹ ਨੇ ਹਮਲਾ ਕਰਤਾ ਸੀਗਾ ਜੀ। ਤਾਂ ਨਾਦਰ ਸ਼ਾਹ ਦਾ ਹੀ ਪੰਜਾਬ ਨੇ ਡਟ ਕੇ ਮੁਕਾਬਲਾ ਕੀਤਾ, ਜਿੰਨਾ ਕੁ ਨੁਕਸਾਨ ਨਾਦਰ ਸ਼ਾਹ ਨੇ ਕੀਤਾ ਸੀਗਾ ਜੀ ਉਹਨਾਂ ਕੁ ਨੁਕਸਾਨ ਨਾਦਰ ਸ਼ਾਹ ਦਾ ਵੀ ਕੀਤਾ ਪੰਜਾਬ ਨੇ ਜੀ। ਤਾਂ ਨਾਦਰ ਸ਼ਾਹ ਜੀ ਜਾਂਦਾ ਜਾਂਦਾ ਜ਼ਕਰੀਆ ਖਾਨ ਨੂੰ ਗੱਲ ਕਿਹਾ ਗਿਆ ਸੀਗਾ ਕਿ ਜੇ ਤੂੰ ਆਪਦਾ ਰਾਜਪਾਠ ਬਚਾਉਣਾ ਹੈ ਤਾਂ ਤੂੰ ਸਿੱਖਾਂ ਨੂੰ ਜਾਂ ਤਾਂ ਮਾਰ ਦੇ, ਠੀਕ ਹੈ, ਤੇ ਨਹੀਂ ਤੂੰ ਆਪਦਾ ਬਣਾਈ ਬੈਠਾ ਤੂੰ ਰਾਜਪਾਠ ਇਹਨੂੰ ਭੁੱਲ ਜਾ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੋਇਆ ਜੀ, ਉਸ ਤੋਂ ਜ਼ਕਰੀਆ ਖਾਨ ਨੇ ਲਾਹੌਰ ਦੀ ਘੋੜਾ ਮੰਡੀ ਦੇ ਵਿੱਚ ਜੀ ਸਿੱਖਾਂ ਦੇ ਸਿਰ ਵਡਵਾ ਦਿੱਤੇ ਗਏ ਸੀ, ਤੇ ਜਿਹਨੂੰ ਅੱਜ ਆਪਾਂ ਸ਼ਹੀਦ ਗੰਜ ਦੇ ਨਾਮ ਨਾਲ ਜਾਣਦੇ ਹੈਗੇ। ਠੀਕ ਹੈ, ਇਸ ਤੋਂ ਅੱਗੇ ਕੀ ਹੋਇਆ ਜੀ ਉਹ ਆਪਾਂ ਅਗਲੇ ਵਿੱਚ ਲਿਖਦੇ ਹਾਂ, ਤੁਸੀਂ ਇਹਨਾਂ ਨੂੰ ਲਿਖ ਲਓ ਜੀ। ਆਪਾਂ ਜੀ ਦਲ ਖਾਲਸੇ ਬਾਰੇ ਪੜ੍ਹੀ ਜਾਂਦੇ ਸੀਗੇ, ਜਿਹਦੇ ਬਾਰੇ ਕਿ ਆਪਾਂ ਲਾਸਟ ਗੱਲ ਕੀਤੀ ਸੀਗੀ ਕਿ ਜੋ ਜ਼ਕਰੀਆ ਖਾਨ ਨੇ ਜੀ ਲਾਹੌਰ ਦੀ ਘੋੜਾ ਮੰਡੀ ਦੇ ਵਿੱਚ ਜੀ ਸਿੱਖਾਂ ਦੇ ਸਿਰ ਵਡਵਾ ਦਿੱਤੇ ਸੀਗੇ ਜੀ। ਠੀਕ ਹੈ, ਤੇ ਉੱਥੇ ਉਹਨੂੰ ਅੱਜ ਆਪਾਂ ਸ਼ਹੀਦ ਗੰਜ ਦੇ ਨਾਮ ਨਾਲ ਜਾਣਦੇ ਜੀ। ਤਾਂ ਦਲ ਖਾਲਸਾ ਦੀ ਆਪਾਂ ਦੂਜੀ ਵਾਰ ਦੂਜੀ ਸਲਾਈਡ ਹੈ ਜੀ ਆਪਾਂ ਪੜ੍ਹਨ ਲੱਗੇ ਜੀ। ਉਸ ਤੋਂ ਜੀ ਕੀ ਹੋਇਆ, ਤਾਂ ਦੋ ਲੈਣਾ ਤੁਸੀਂ ਲਿਖੋ ਜੀ। 1740 ਈਸਵੀ ਵਿੱਚ ਲਾਹੌਰ ਦੇ ਦੀਵਾਨ
ਲਖਪਤ ਰਾਏ ਦੇ ਭਰਾ ਜਸਪਤ ਰਾਏ ਦੀ ਸਿੱਖਾਂ ਨਾਲ ਝੜਪ ਵਿੱਚ ਮੌਤ ਹੋ ਗਈ ਸੀ ਜੀ। ਤੇ ਇੱਕ ਗੱਲ ਲਿਖੋ ਜੀ ਕਿ 1745 ਨੂੰ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਜਈਆ ਖਾਨ ਗੱਦੀ ਉੱਤੇ ਬੈਠਾ ਜੀ। ਇਹ ਗੱਲਾਂ ਕਿਉਂ ਲਿਖਾਈਆਂ ਜੀ? 1745 ਈਸਵੀ ਨੂੰ ਜੀ ਜ਼ਕਰੀਆ ਖਾਨ ਦੀ ਮੌਤ ਹੋ ਗਈ ਤੇ ਉਹਨਾਂ ਦਾ ਪੁੱਤਰ ਜੋ ਜਈਆ ਖਾਨ ਸੀਗਾ ਜੀ ਗੱਦੀ ਉੱਤੇ ਬੈਠ ਗਿਆ। ਜਈਆ ਖਾਨ ਵੀ ਸੇਮ ਆਪਦੇ ਪਿਓ ਵਰਗਾ ਸੀਗਾ ਜੀ, ਇਹ ਵੀ ਸਿੱਖਾਂ ਦੇ ਉੱਤੇ ਲੱਗਦਾ ਸੀਗਾ ਜੀ, ਠੀਕ ਹੈ, ਇਹ ਵੀ ਸਿੱਖਾਂ ਨੂੰ ਬਸ ਮਾਰਨੀ ਚਾਹੁੰਦਾ ਸੀਗਾ। ਤੇ 1740 ਈਸਵੀ ਦੇ ਵਿੱਚ ਜੀ ਦੀਵਾਨ ਸੀਗਾ ਜੀ ਲਖਪਤ ਰਾਏ, ਉਹਦੇ ਭਰਾ ਦੀ ਡੈਥ ਹੋ ਗਈ ਸੀਗੀ ਜੀ ਸਿੱਖਾਂ ਦੇ ਨਾਲ ਇੱਕ ਝੜਪ ਦੇ ਵਿੱਚ ਜੀ, ਠੀਕ ਹੈ। ਲਖਪਤ ਰਾਏ ਨੂੰ ਜੀ ਗੁੱਸਾ ਸੀਗਾ ਸਿੱਖਾਂ ਦੇ ਉੱਤੇ ਵੀ ਸਿੱਖਾਂ ਨੇ ਮੇਰੇ ਭਰਾ ਨੂੰ ਮਾਰਿਆ ਹੈਗਾ ਜੀ। ਤੇ ਜਈਆ ਖਾਨ ਵੀ ਜੋ ਕਿ ਸਿੱਖਾਂ ਦੇ ਉੱਤੇ ਲੱਗਦਾ ਸੀਗਾ, ਤਾਂ ਲਖਪਤ ਰਾਏ ਨੇ ਜੀ ਜਈਆ ਖਾਨ ਨੂੰ ਕਿਹਾ ਕਿ ਕਹਿੰਦਾ ਮੈਨੂੰ ਤੇਰੀ ਫੌਜ ਦੇ ਦੇ, ਮੈਂ ਸਿੱਖਾਂ ਤੋਂ ਬਦਲਾ ਲੈਣਾ ਹੈ ਕਿਉਂਕਿ ਉਹਨਾਂ ਨੇ ਮੇਰਾ ਭਰਾ ਮਾਰਿਆ ਹੈਗਾ। ਤਾਂ ਇਹ ਇਹਨਾਂ ਨੇ ਕੀ ਕੀਤਾ, ਲਖਪਤ ਰਾਏ ਨੇ ਗੁਰਦਾਸਪੁਰ ਦੇ ਨੇੜੇ ਜੀ ਕਾਨੂੰਵਾਲ ਪਿੰਡ ਹੈ ਜੀ, ਉੱਥੇ ਜੀ ਜੰਗਲ ਹੈ ਜੀ ਬਹੁਤ ਹੀ ਘਣੇ, ਤਾਂ ਉੱਥੇ ਜੀ ਸਿੱਖ ਜਾ ਰਹੇ ਸੀਗੇ, ਉਹਨਾਂ ਨੂੰ ਚਾਰੇ ਪਾਸੇ ਘੇਰ ਲਿਆ ਜੀ। ਘੇਰ ਕੇ ਜੀ ਇਹਨੇ ਸਿੱਖਾਂ ਦੇ ਉੱਤੇ ਇੱਕਦਮ ਹਮਲਾ ਕਰਤਾ ਜੀ, ਜਿਹਦੇ ਵਿੱਚ ਕਿ ਲਗਭਗ ਜੀ 7000 ਸਿੱਖ ਮਾਰੇ ਗਏ ਤੇ 3000 ਸਿੱਖਾਂ ਨੂੰ ਜੀ ਕੈਦੀ ਬਣਾ ਲਿਆ ਗਿਆ। ਉਹਨਾਂ ਨੂੰ ਕੈਦੀ ਬਣਾ ਕੇ ਜੀ ਉਹਨਾਂ ਲਈ ਜੀ ਸਪੈਸ਼ਲ ਹੋਰ ਕੈਦੀ ਲਿਆਂਦੇ ਗਏ ਜਿਨ੍ਹਾਂ ਤੋਂ ਕਿ ਉਹਨਾਂ ਦੇ ਜੀ ਸਿਰ ਕਲਮ ਕਰਵਾਈ ਗਈ, ਠੀਕ ਹੈ। ਤਾਂ ਇੱਕ ਜਿਹੜੀ ਇੱਕ ਜੋ ਘਟਨਾ ਹੋਈ ਹੈ ਜੀ ਇਹ ਕਾਨੂੰਵਾਲ ਦੇ ਵਿੱਚ, ਤਾਂ ਇਸ ਘਟਨਾ ਨੂੰ ਨਾਮ ਦਿੱਤਾ ਜਾਂਦਾ ਹੈ ਛੋਟਾ ਘੱਲੂਘਾਰਾ ਜੀ, ਠੀਕ ਹੈ। ਤਾਂ ਆਪਾਂ ਲਿਖਦੇ ਹਾਂ ਇਹ ਕਦੋਂ ਹੋਇਆ ਜੀ, ਇਹ ਹੋਈ ਹੈ 1746 ਨੂੰ, 1746 ਨੂੰ ਗੁਰਦਾਸਪੁਰ ਨੇੜੇ ਕਾਨੂੰਵਾਲ ਦੇ ਜੰਗਲਾਂ ਵਿੱਚ ਸਿੱਖਾਂ ਉੱਤੇ ਹਮਲਾ ਕੀਤਾ ਗਿਆ ਜਿਸ ਵਿੱਚ 7000 ਸਿੱਖ ਮਾਰੇ ਗਏ ਅਤੇ 3000 ਸਿੱਖਾਂ ਨੂੰ ਬੰਦੀ ਬਣਾ ਲਿਆ ਗਿਆ। ਇਸ ਘਟਨਾ ਨੂੰ ਲਖਪਤ ਰਾਏ ਅਤੇ ਜਈਆ ਖਾਨ ਨੇ ਅੰਜਾਮ ਦਿੱਤਾ। ਤੇ ਇਸ ਨੇ ਆਪਾਂ ਛੋਟਾ ਘੱਲੂਘਾਰਾ ਦੀ ਘਟਨਾ ਵੀ ਬੋਲ ਦਿੰਦੇ ਹਾਂ।
ਇਹ ਤੁਸੀਂ ਯਾਦ ਰੱਖਿਓ ਜੀ ਕਿ ਜੋ ਛੋਟੇ ਕੱਲੂ ਘਾਰੇ ਦੀ ਘਟਨਾ ਜੀ ਉਹ 1746 ਨੂੰ ਹੋਈ ਹੈ ਜੀ ਗੁਰਦਾਸਪੁਰ ਦੇ ਨੇੜੇ ਕਾਨੂੰਵਾਲ ਜੰਗਲਾਂ ਦੇ ਵਿੱਚ ਜੀ ਠੀਕ ਹੈ ਜੀ ਤੇ ਇਸ ਘਟਨਾ ਨੂੰ ਅੰਜਾਮ ਕਿਹਨਾਂ ਨੇ ਦਿੱਤਾ ਸੀਗਾ ਲਖਪਤ ਰਾਏ ਤੇ ਜਈਆ ਖਾਨ ਜੀ ਠੀਕ ਹੈ ਇੰਨੀ ਗੱਲ ਸੀਗੀ ਉਸ ਤੋਂ ਬਾਅਦ ਜੀ ਕੀ ਹੋਇਆਗਾ 1748 ਨੂੰ ਜੀ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਹਮਲਾ ਕਰਤਾ ਜੀ ਹਮਲਾ ਕਰ ਦਿੱਤਾ ਜੀ ਇਸ ਨੇ ਟੋਟਲ ਜੀ ਅਹਿਮਦ ਸ਼ਾਹ ਅਬਦਾਲੀ ਨੇ ਜੀ 3 ਵਾਰੀ ਹਮਲਾ ਕੀਤਾ ਜੀ ਪੰਜਾਬ ਦੇ ਉੱਤੇ 1748 ਦੇ ਵਿੱਚ ਹੈ ਜੀ 1762 ਦੇ ਵਿੱਚ ਤੇ 1764 ਦੇ ਵਿੱਚ ਜੀ ਠੀਕ ਹੈ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਹਮਲਾ ਕੀਤਾ ਜੀ ਠੀਕ ਹੈ ਜੀ ਪੰਜਾਬ ਉੱਤੇ ਹਮਲਾ ਕੀਤਾ ਜੀ ਲਾਹੌਰ ਦੇ ਉੱਤੇ ਉਸ ਤੋਂ ਜੀ ਦਿੱਲੀ ਚਲਾ ਗਿਆ ਜੀ ਠੀਕ ਹੈ ਉਸ ਤੋਂ ਜੀ ਤੁਹਾਨੂੰ ਪਤਾ ਪਾਣੀਪਤ ਦੀ ਵੀ ਲੜਾਈ ਹੋਈ ਹੈ ਜੀ ਜਦੋਂ ਇਹ ਕੁਛ ਹੋ ਹੀ ਜਾਂਦਾ ਸੀ 1748 ਵਿੱਚ ਜਦੋਂ ਆਇਆ ਜੀ ਤਾਂ 1748 ਦੇ ਵਿੱਚ ਜੀ ਕੀ ਕੀਤਾ ਜੋ ਆਪਣੇ ਸਰਬੱਤ ਖਾਲਸਾ ਦੇ ਮੈਂਬਰ ਸੀਗੇ ਜੀ ਉਹ ਦੁਬਾਰਾ ਤੋਂ ਫੇਰ ਇਕੱਠੇ ਹੋਏ ਜੀ ਠੀਕ ਹੈ ਜੀ ਤੇ ਉਹਨਾਂ ਨੇ ਜੀ ਸਰਬੱਤ ਖਾਲਸਾ ਦਾ ਨਾਮ ਰੱਖ ਲਿਆ ਜੀ ਦਲ ਖਾਲਸਾ ਠੀਕ ਹੈ ਜੀ ਤਾਂ 1748 ਵਿੱਚ ਸਿੱਖਾਂ ਨੇ ਸਰਬੱਤ ਖਾਲਸੇ ਦਾ ਨਾਮ ਸਰਬੱਤ ਖਾਲਸੇ ਤੋਂ ਸਰਬੱਤ ਖਾਲਸੇ ਨੂੰ ਦਲ ਖਾਲਸੇ ਦਾ ਨਾਮ ਦੇ ਦਿੱਤਾ ਠੀਕ ਹੈ ਇਹਦੀ ਜੋ ਅਗਵਾਈ ਕੀਤੀ ਜੀ ਜਾਣੀ ਕਿ ਜੋ ਮੁਖੀ ਬਣਾਇਆ ਇਸ ਵਾਰ ਜੀ ਐਸ ਆਰ ਮੁਖੀ ਬਣਾਇਆ ਜੀ ਜੱਸਾ ਸਿੰਘ ਆਲੂ ਵਾਲੀਆ ਇਹ ਤੁਸੀਂ ਨਾਮ ਯਾਦ ਰੱਖਣਾ ਜੀ ਕਿ 1748 ਦੇ ਵਿੱਚ ਜਦੋਂ ਦਲ ਖਾਲਸਾ ਬਣਾਇਆ ਤਾਂ ਉਹਨਾਂ ਦਾ ਮੁਖੀ ਕਿਹਨੂੰ ਨਿਯੁਕਤ ਕੀਤਾ ਗਿਆ ਤਾਂ ਜੱਸਾ ਸਿੰਘ ਆਲੂ ਵਾਲੇ ਸੀਗੇ ਇਹਨਾਂ ਨੇ ਦਲ ਖਾਲਸੇ ਨੂੰ ਜੀ 11 ਮਿਸਲਾਂ ਦੇ ਵਿੱਚ ਵੰਡਿਆ ਸੀਗਾ ਜੀ 11 ਮਿਸਲਾਂ ਵਿੱਚ ਵੰਡਿਆ ਉਸ ਤੋਂ ਜੀ ਕੰਮ ਕਾਜ ਵਧੀਆ ਚੱਲੀ ਜਾਂਦਾ ਸੀਗਾ ਜੀ ਦਲ ਖਾਲਸੇ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਇਹਨਾਂ ਨੇ ਕਬਜ਼ੇ ਲੈਣ ਲੱਗ ਗਏ ਜੀ ਠੀਕ ਹੈ ਜੀ ਇਹਨਾਂ ਨੇ ਮਤਲਬ ਕਿ ਜੋ ਵੀ ਇਹਨਾਂ ਦੀਆਂ ਥਾਵਾਂ ਦੱਬੀਆਂ ਹੋਈਆਂ ਸੀਗੀਆਂ ਜੀ ਉਹਨਾਂ ਤੇ ਇਹਨਾਂ ਨੇ ਕਬਜ਼ੇ ਲੈਤੇ ਜੀ ਠੀਕ ਹੈ ਜੀ ਜੋ ਵੀ ਮੁਗਲਾਂ ਦੇ ਫੌਜਦਾਰ ਇਹਨਾਂ ਨੇ ਬਿਠਾਏ ਹੋਏ ਸੀਗੇ ਜੀ ਠੀਕ ਹੈ ਉਹਨਾਂ ਨੂੰ ਖਤਮ ਕੀਤਾ ਜੀ ਤੇ ਇਹਨਾਂ ਨੇ ਵਧੀਆ ਕੰਮ ਕੀਤਾ ਜੀ ਉਸ ਤੋਂ ਜੀ ਇੱਕ ਵੱਡੇ ਘੱਲੂਘਾਰੇ ਦਾ ਨਾਮ ਆਉਂਦਾ ਜੀ ਇਹ ਆਪਾਂ ਪੜ੍ਹੇ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਆਉਂਦਾ ਜੀ ਵੱਡਾ ਘੱਲੂਘਾਰਾ ਕਿੱਥੇ ਹੋਇਆ ਜੀ ਇਹ ਹੋਇਆ ਜੀ ਮਲੇਰਕੋਟਲਾ ਦੇ ਨੇੜੇ ਪਿੰਡ ਹੈ ਜੀ ਕੁੱਪਰਹੀੜਾ ਨਾਂ ਦੇ ਠੀਕ ਹੈ ਅਹਿਮਦ ਸ਼ਾਹ ਅਬਦਾਲੀ ਜੀ ਜਦੋਂ ਦਿੱਲੀ ਤੋਂ ਵਾਪਸ ਆ ਰਿਹਾ ਸੀਗਾ ਪੰਜਾਬ ਵੱਲ ਨੂੰ 1762 ਦੇ ਵਿੱਚ ਜੀ ਤਾਂ ਕੀ ਹੋਇਆ ਜੀ ਸਿੱਖਾਂ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਜੀ ਇਸ ਨਾਲ ਜੀ ਅਹਿਮਦ ਸ਼ਾਹ ਅਬਦਾਲੀ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਆ ਗਿਆ ਤੇ ਉਹਨੇ ਕੀ ਕੀਤਾ ਜੀ ਸਿੱਖਾਂ ਨੂੰ ਚਾਰੇ ਪਾਸੋਂ ਘੇਰ ਲਿਆ ਤੇ ਸਿੱਖਾਂ ਹੁਣ ਜੀ ਅਹਿਮਦ ਸ਼ਾਹ ਅਬਦਾਲੀ ਸੀਗਾ ਤਾਂ ਫੌਜ ਇਹਦੇ ਕੋਲ ਬਹੁਤ ਹੀ ਵੱਡੀ ਸੀਗੀ ਜੀ ਠੀਕ ਹੈ ਫੌਜ ਇਹਦੇ ਕੋਲ ਵੱਡੀ ਹੋਣ ਕਰਕੇ ਜੀ ਤਾਂ ਜੋ ਸਿੱਖ ਜੀ ਕਿੰਨੇ ਕਿਤਾ ਹੋਣਗੇ ਤਾਂ ਇਹਨਾਂ ਨੇ ਸਿੱਖਾਂ ਨੂੰ ਸਿੱਖਾਂ ਦੀ ਫੌਜ ਇੰਨਾ ਬੁਰੀ ਛੋਟੀ ਸੀਗੀ ਜੀ ਠੀਕ ਹੈ ਤਾਂ ਇਹਨਾਂ ਨੇ ਜੀ ਲਗਭਗ ਉੱਥੇ 20,000 ਤੋਂ 50,000 ਸਿੱਖ ਜੋ ਹੈਗੇ ਨੇ ਜੀ ਕਹਿੰਦੇ ਸ਼ਹੀਦ ਕੀਤੇ ਜਿਨ੍ਹਾਂ ਵਿੱਚ ਕਿ ਔਰਤਾਂ ਵੀ ਸੀਗੀਆਂ ਜੀ ਤੇ ਬੱਚੇ ਵੀ ਸੀਗੇ ਜੀ ਤਾਂ ਆਪਾਂ ਲਿਖਾਂਗੇ ਜੀ ਕਿ 1762 ਨੂੰ ਮਲੇਰਕੋਟਲਾ ਦੇ ਨੇੜੇ ਕੁੱਪਰਹੀੜਾ ਵਿੱਚ ਲਗਭਗ 20,000 ਤੋਂ 50,000 ਸਿੱਖਾਂ ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸਨ
शहीद कर दिते गए। इसनों बड़ा घल्लूघारा भी कहा जाता है। ये अहमद शाह अब्दाली ने किया, पता ही आपको जी। अहमद शाह अब्दाली ने अंजाम दिता जी इस घटना दिता। उस तो जी 1764 ਦੇ ਵਿੱਚ ਜੀ ਅਹਿਮਦ ਸ਼ਾਹ ਅਬਦਾਲੀ ਨੂੰ ਜੀ ਅੰਮ੍ਰਿਤਸਰ ਵਿਖੇ ਹਰਾਇਆ ਜੀ। ਠੀਕ ਹੈ ਜੀ, ਸਰਹਿੰਦ ਦੇ ਉੱਤੇ ਜੀ ਦਲ ਖਾਲਸਾ ਨੇ ਕਬਜ਼ਾ ਕਰ ਲਿਆ ਸੀ ਜੀ। ਆਪਾਂ ਇਹ ਗੱਲ ਲਿਖ ਲੈਂਦੇ ਜੀ ਇੱਕ ਕਿ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਅੰਮ੍ਰਿਤਸਰ ਅੰਮ੍ਰਿਤਸਰ ਵਿਖੇ ਹਰਾਇਆ ਜੀ। ਇੱਕ ਜੀ ਤੁਸੀਂ ਯਾਦ ਰੱਖਣਾ 1783 ਨੂੰ ਜੀ ਜੱਸਾ ਸਿੰਘ ਆਲੂਵਾਲੀਆ ਦੀ ਮੌਤ ਤੋਂ ਬਾਅਦ ਜੀ ਦਲ ਖਾਲਸੇ ਦਾ ਵੀ ਅੰਤ ਹੋ ਗਿਆ ਸੀ ਜੀ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ ਹੈ। ਇੱਕ ਰੇ ਪ੍ਰਵਾਇਜ ਕਰਦੇ ਨੇ 1740 ਈਸਵੀ ਦੇ ਵਿੱਚ ਹੀ ਲਾਹੌਰ ਦੇ ਦੀਵਾਨ ਲਖਪਤ ਰਾਏ ਤੇ ਭਰਾ ਜਸਪਤ ਰਾਏ ਨੂੰ ਜੀ ਸਿੱਖਾਂ ਨਾਲ ਇੱਕ ਝੜਪ ਹੋਈ ਜੀ, ਉਹਦੇ ਵਿੱਚ ਇਹਦੀ ਡੈਥ ਹੋ ਗਈ ਸੀ ਜੀ। 1745 ਈਸਵੀ ਨੂੰ ਕੀ ਹੋਇਆ ਸੀਗਾ ਜੀ, ਜਕਰੀਆ ਖਾਨ ਮਰ ਗਿਆ ਸੀਗਾ ਜੀ ਤੇ ਉਹਦੀ ਜਗ੍ਹਾ ਦੇ ਉੱਤੇ ਉਹਦਾ ਬੇਟਾ ਜੀ ਜਈਆ ਖਾਨ ਗੱਦੀ ਉੱਤੇ ਬੈਠ ਗਿਆ ਸੀਗਾ ਜੀ। ਉਸ ਤੋਂ ਬਾਅਦ ਜੀ ਕੀ ਹੋਇਆ, ਲਖਪਤ ਰਾਏ ਨੇ ਸਿੱਖਾਂ ਤੋਂ ਬਦਲਾ ਲੈਣਾ ਸੀ ਕਿਉਂਕਿ ਜਸਪਤ ਰਾਏ ਜੋ ਉਹਦਾ ਭਰਾ ਸੀਗਾ ਜੀ ਉਹਦੀ ਸਿੱਖਾਂ ਨੇ ਕਹਿੰਦੇ ਮ੍ਰਿਤੂ ਕਰਤੀ ਸੀਗੀ। ਤਾਂ ਇਹਨੇ ਜੀ ਕੀ ਕੀਤਾ, ਇਸ ਨੇ ਜੀ ਗੁਰਦਾਸਪੁਰ ਦੇ ਨੇੜੇ ਜੀ ਕਾਨੂੰਵਾਲ ਜੰਗਲਾਂ ਦੇ ਵਿੱਚ ਜੀ ਸਿੱਖ ਜਾ ਰਹੇ ਸੀਗੇ ਜਿਹੜੇ, ਉੱਥੇ ਇਹਨਾਂ ਨੂੰ ਚਾਰੇ ਪਾਸੋਂ ਘੇਰ ਲਿਆ ਤੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਗਿਆ ਜੀ। ਹਮਲਾ ਕੀਤਾ ਤੇ ਜਿਹਦੇ ਵਿੱਚ 7000 ਜੋ ਸਿੱਖ ਹੈ ਜੀ ਉਹ ਸ਼ਹੀਦ ਹੋ ਗਿਆ ਤੇ 3000 ਸਿੱਖਾਂ ਨੂੰ ਜੀ ਬੰਦੀ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੇ ਸਿਰ ਕਲਮ ਕਰਵਾਏ ਗਏ ਜੀ। ਠੀਕ ਹੈ ਜੀ, ਜਿਹਨੂੰ ਕਹਿੰਦਾ ਛੋਟਾ ਘੱਲੂਘਾਰਾ ਦੇ ਨਾਮ ਨਾਲ ਜਾਣਦੇ। ਉਸ ਤੋਂ ਬਾਅਦ ਜੀ 1748 ਦੇ ਵਿੱਚ ਜੀ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਜੀ। ਅਹਿਮਦ ਸ਼ਾਹ ਅਬਦਾਲੀ ਨੇ ਜੀ ਟੋਟਲ 3 ਵਾਰੀ ਹਮਲਾ ਕੀਤਾ ਜੀ, 1748 ਵਿੱਚ ਜੀ, 1762 ਤੇ 1764 ਦੇ ਵਿੱਚ ਜੀ। ਠੀਕ ਹੈ, 1748 ਦੇ ਵਿੱਚ ਸਿੱਖ ਇਕੱਠੇ ਹੋਏ ਦੁਆਰਤੀ ਤੋਂ ਹੀ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਆ ਰਿਹਾ ਸੀਗਾ ਜੀ ਤਾਂ ਰੌਲਾ ਪਿਆ ਹੋਇਆ ਸੀਗਾ ਖੁਦ ਮੁਗਲਾਂ ਦੇ ਵਿੱਚ ਹੀ। ਠੀਕ ਹੈ, ਤਾਂ 1728 ਦੇ ਵਿੱਚ ਹੀ ਜੋ ਸਿੱਖ ਸੀਗੇ ਜੀ ਇਹ ਦੁਆਰਾ ਤੋਂ ਫਿਰ ਇਕੱਠੇ ਹੋਏ ਤੇ ਜੋ ਸਰਬੱਤ ਖਾਲਸੇ ਦਾ ਆਪਣਾ ਸੰਗਠਨ ਸੀਗਾ ਜੀ ਉਸ ਨੂੰ ਇਹਨਾਂ ਨੇ ਦਲ ਖਾਲਸੇ ਦਾ ਨਾਮ ਦਿੱਤਾ ਜੀ। ਦਲ ਖਾਲਸੇ ਦਾ ਨਾਮ ਜਿੱਦਾਂ ਦਿੱਤਾ ਜੀ ਤਾਂ ਇਹਨਾਂ ਨੇ ਮੁਖੀਆ ਬਣਾ ਲਿਆ ਇੱਕ ਆਪਣਾ ਜੀ ਜੱਸਾ ਸਿੰਘ ਆਲੂਵਾਲੀਆ ਜੀ। ਜੱਸਾ ਸਿੰਘ ਆਲੂਵਾਲੀਆ ਜੀ ਨੇ ਜੀ ਇਹਨੂੰ 11 ਮਿਸਲਾਂ ਦੇ ਵਿੱਚ ਵੰਡ ਦਿੱਤਾ, ਜਿਹਦੇ ਵਿੱਚ ਕੀ ਜੀ ਹਰ ਇੱਕ ਮਿਸਲ ਦਾ ਇੱਕ ਨੇਤਾ ਬਣਾਇਆ ਗਿਆ ਜੀ ਤੇ ਉਹਨਾਂ ਨੂੰ ਵੱਖਰੋ ਵੱਖੋ ਵੱਖ ਉਹਨਾਂ ਨੂੰ ਕੰਮ ਸੌਂਪੇ ਗਏ ਜੀ। 1762 ਨੂੰ ਜੀ ਮਲੇਰਕੋਟਲਾ ਦੇ ਨੇੜੇ ਕੁੱਪਰ ਹੀਰਾ ਦੇ ਵਿੱਚ ਜੀ ਪਿੰਡ ਹੈ, ਉੱਥੇ 20 ਹਜ਼ਾਰ ਤੋਂ 5 ਹਜ਼ਾਰ ਦੇ ਲਗਭਗ ਸਿੱਖਾਂ ਨੂੰ ਮਾਰਿਆ ਗਿਆ ਜੀ, ਜਿਹਨਾਂ ਵਿੱਚ ਔਰਤਾਂ ਤੇ ਬੱਚੇ ਵੀ ਸੀਗੇ ਜੀ। ਅਹਿਮਦ ਸ਼ਾਹ ਅਬਦਾਲੀ ਨੇ ਇਹ ਸਭ ਘਟਨਾ ਨੂੰ ਅੰਜਾਮ ਦਿੱਤਾ ਸੀਗਾ, ਇਹਨੂੰ ਆਪਾਂ ਵੱਡਾ ਘੱਲੂਘਾਰੇ ਦੇ ਨਾਮ ਨਾਲ ਜਾਣਦੇ ਹਾਂ। 1764 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਜੀ ਅੰਮ੍ਰਿਤਸਰ ਵਿਖੇ ਹਰਾ ਦਿੱਤਾ ਸੀਗਾ ਜੀ। ਉਸ ਤੋਂ 1783 ਨੂੰ ਜਿੱਦਾਂ ਹੀ ਜੀ ਜੱਸਾ ਸਿੰਘ ਆਲੂਵਾਲੀਆ ਦੀ ਮੌਤ ਹੋਈ ਜੀ, ਉਸ ਤੋਂ ਬਾਅਦ ਜੀ ਨਾਲ ਹੀ ਕਹਿੰਦੇ ਦਲ ਖਾਲਸੇ ਦਾ ਵੀ ਅੰਤ ਹੋ ਗਿਆ ਸੀਗਾ ਜੀ। ਅੱਜ ਲਈ ਇੰਨਾ ਬਹੁਤ ਹੈ ਆਪਣਾ ਜੀ, ਕੱਲ ਨੂੰ ਆਪਾਂ ਜੀ ਮਿਸਲਾਂ ਪੜ੍ਹਾਂਗੇ ਜੀ ਜੋ ਕਿ ਇਹ 11 ਮਿਸਲਾਂ ਲਿਖਵਾਈਆਂ ਸੀਗੀਆਂ, 11 ਮਿਸਲਾਂ ਪੜ੍ਹਾਂਗੇ ਜੀ। ਉਸ ਤੋਂ ਬਾਅਦ ਜੀ ਆਪਾਂ ਪੜ੍ਹਾਂਗੇ ਮਹਾਰਾਜਾ ਰਣਜੀਤ ਸਿੰਘ ਨੂੰ ਜੀ। ਠੀਕ ਹੈ, ਤਾਂ ਵੀਡੀਓ ਜੇ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰੋ ਜੀ, ਸ਼ੇਅਰ ਕਰੋ ਤੇ ਕਮੈਂਟ ਕਰੋ ਜੀ, ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।